Satno Vajguru Sakti Yoga Je Puli De Tuki San Pitandi Kandiya Jinani Hitu Jalindaka Churmaru Sevaniya छोटों कंत पासरा सदा रंगीला लाल प्यारा एही मंजा आसरा तेरी पुण भक्ति मैं एक ना बहुत जतन सुख के किए दुख को कियो ना होए
ਪਰ ਫਿਰ ਵੀ ਜਦੋਂ ਮਨੁੱਖ ਇਤਨੇ ਉਪਰਾਲੇ ਕਰਦਾ ਹੈ, ਇਤਨਾ ਜ਼ਿਆਦਾ ਆਪਣੇ ਵੱਲੋਂ ਸੁਚੇਤ ਵੀ ਰਹਿੰਦਾ, ਫਿਰ ਵੀ ਕੋਈ ਅਜਿਹਾ ਮਨੁੱਖ ਨਹੀਂ ਹੈ ਜਿਹੜਾ ਬਾਂਹ ਖੜੀ ਕਰਕੇ ਇੱਕ ਗੱਲ ਕਹਿ ਸਕੇ ਵੀ ਮੈਨੂੰ ਜ਼ਿੰਦਗੀ ਨੂੰ, ਦੇਹੀ ਨੂੰ ਕਦੇ ਕੋਈ ਰੋਗ ਨਹੀਂ ਲੱਗਾ। ਲੱਗਦੇ ਜ਼ਿੰਦਗੀ ਨਾਲ ਹੁਣ ਰੋਗ ਲੱਗਣ ਤੋਂ ਤਾਂ ਮੈਂ ਹਟਾ ਨਹੀਂ ਨਾ ਸਕਦਾ, ਪਰ ਇੱਕ ਉਪਰਾਲਾ ਤਾਂ ਕਰ ਸਕਦਾ ਵੀ ਜਦੋਂ ਰੋਗ ਲੱਗੇ ਤਾਂ ਕਿਸੇ ਵੈਦ ਹਕੀਮ ਕੋਲ ਜਾ ਕੇ ਇਲਾਜ ਕਰਵਾ, ਇਹ ਤਾਂ ਮੈਂ ਕਰ ਸਕਦਾ ਨਾ, ਕਿਸੇ ਚੰਗੇ ਸਿਆਣੇ ਡਾਕਟਰ ਕੋਲ ਜਾ ਕੇ ਮੈਂ ਇਲਾਜ ਕਰਵਾ ਲਾ, ਕਿਉਂਕਿ ਰੋਗੀ ਮਨੁੱਖ ਦੀਆਂ ਚਾਰ ਗੱਲਾਂ ਆਪਣੇ ਜੀਵਨ ਵਿੱਚ ਬਹੁਤ ਵਿਚਾਰਨਯੋਗ ਨੇ। ਪਹਿਲੀ ਗੱਲ, ਰੋਗੀ ਬੰਦਾ ਦੂਜਿਆਂ 'ਤੇ ਵੀ ਭਾਰ ਹੁੰਦਾ ਹੈ। ਤੁਸੀਂ ਅਕਸਰ ਦੇਖੋਗੇ ਰੋਗੀ ਬੰਦੇ ਅਕਸਰ ਭਾਰ ਹੁੰਦੇ ਨੇ। ਦੂਜੀ ਗੱਲ ਹੈ, ਰੋਗੀ ਬੰਦਾ ਕਦੇ ਜ਼ਿੰਦਗੀ ਦੀ ਖੁਸ਼ੀ, ਖੇੜਾ, ਆਨੰਦ ਨਹੀਂ ਮਾਣ ਸਕਦਾ, ਉਹਦੀ ਜ਼ਬਾਨੋਂ ਹਾਏ ਜਾਂ ਦੁੱਖ ਜਾਂ ਉਲਾਮੇ ਤਾਂ ਤੁਸੀਂ ਸੁਣੋਗੇ ਪਰ ਕਦੇ ਸ਼ੁਕਰਾਨਾ ਨਹੀਂ ਹੁੰਦਾ, ਉਹਦਾ ਖੁਸ਼ੀ ਖੇੜਾ ਨਹੀਂ ਆਉਂਦਾ। ਤੀਜੀ ਗੱਲ, ਜਿਹੜਾ ਰੋਗੀ ਬੰਦਾ ਹੈ ਉਹ ਦੁਨੀਆ ਵਿੱਚ ਰੋਗ ਹੀ ਮੰਨਦਾ ਹੈ। ਤੁਸੀਂ ਕਦੇ ਦੇਖੋ ਕਈ ਰੋਗ ਅਜਿਹੇ ਨੇ ਜਿਹੜੇ ਇੱਕ ਦੂਜੇ ਨੂੰ ਪੁਰਾਣੇ ਸਮੇਂ 'ਚ ਛੂਤ ਛਾਤ ਕਹਿੰਦੇ ਸਾਂ ਅਤੇ ਅੱਜ ਇਨਫੈਕਸ਼ਨ ਕਹਿ ਦਿੰਦੇ ਆਪਾਂ ਅੱਜ ਦੀ ਭਾਸ਼ਾ ਵਿੱਚ, ਪਰ ਮਨੁੱਖ ਬਣਦਾ ਜਿਹਦੇ ਕੋਲ ਦੁੱਖ ਆ ਉਹ ਦੁਖੀ ਬਣਦਾ, ਰੋਗੀ ਹੈ ਤੇ ਦੁਨੀਆ ਰੋਗ ਹੀ ਵੰਡੇਗਾ। ਜਿਹੜੀ ਚੌਥੀ ਗੱਲ ਹੈ ਉਹ ਇਹ ਵੀ ਰੋਗੀ ਦੁਨੀਆ ਵਿੱਚ ਨੁਕਸਾਨ ਬਹੁਤਾ ਕਰਦਾ, ਲਾਭ ਘੱਟ ਦਿੰਦਾ। ਇਹ ਤਨ ਦੇ ਰੋਗੀ ਦੀਆਂ ਬਾਤਾਂ ਨੇ, ਬਸ ਇਸੇ ਤਰ੍ਹਾਂ ਮਨ ਦੇ ਰੋਗ ਨੇ। ਕੋਈ ਨਹੀਂ ਚਾਹੁੰਦਾ ਮੇਰਾ ਤਨ ਰੋਗੀ ਹੋ ਜਾਏ, ਪਰ ਹੋ ਜਾਂਦਾ ਹੈ, ਫਿਰ ਉਹ ਵੈਦ ਕੋਲ ਚਲਾ ਜਾਂਦਾ ਹੈ। ਦੁਨੀਆ ਵਿੱਚ ਬੇਅੰਤ ਪੈਸਾ ਜਿਹੜਾ ਉਹ ਵੈਦਾਂ ਡਾਕਟਰਾਂ ਦੇ ਕੋਲ ਅਕਸਰ ਲੱਗਦਾ, ਉਹ ਇਸੇ ਲਈ ਏਡੇ ਏਡੇ ਵੱਡੇ ਹਸਪਤਾਲ, ਏਡੇ ਏਡੇ ਵੱਡੇ ਪ੍ਰਬੰਧ ਕੀਤੇ ਹੁੰਦੇ ਨੇ, ਕਿਤੇ ਦੇਹੀ ਰੋਗੀ ਹੋ ਜਾਏ ਤੇ ਉੱਥੇ ਜਾ ਕੇ ਇਲਾਜ ਕਰਵਾ ਲਈਏ। ਸੱਚ ਕਰਕੇ ਜਾਣੇ ਹੋ, ਜਿਵੇਂ ਮਨੁੱਖ ਨਹੀਂ ਚਾਹੁੰਦਾ ਪਰ ਦੇਹੀ ਰੋਗੀ ਹੋ ਜਾਂਦੀ ਹੈ, ਇਸੇ ਤਰ੍ਹਾਂ ਮਨੁੱਖ ਨਹੀਂ ਚਾਹੁੰਦਾ ਪਰ ਉਹਦਾ ਮਨ ਰੋਗੀ ਹੋ ਜਾਂਦਾ। ਜੇ ਤਨ ਰੋਗੀ ਹੋ ਜਾਂਦਾ ਤੇ ਮਨ ਵੀ ਰੋਗੀ ਹੋ ਜਾਂਦਾ। ਬੰਦਾ ਨਹੀਂ ਚਾਹੁੰਦਾ ਮੇਰੇ ਮਨ ਵਿੱਚ ਮਾੜੇ ਵਿਚਾਰ ਆਵਣ, ਪਰ ਆ ਜਾਂਦੇ ਨੇ। ਉਹ ਮਾੜੇ ਵਿਚਾਰ ਜਿਹੜੇ ਨੇ ਇਹਨੂੰ ਰੋਗੀ ਬਣਾ ਜਾਂਦੇ ਨੇ। ਮਨ ਦੇ ਵੀ ਕੁਝ ਰੋਗ ਨੇ, ਜਿਵੇਂ ਹੰਕਾਰ ਹੈ, ਈਰਖਾ ਹੈ, ਦਵੈਸ਼ ਭਾਵਨਾ ਹੈ, ਪਰਾਈ ਤਾਤ ਹੈ। ਹਰੇਕ ਬੰਦੇ ਨੇ ਆਪਣੀ ਆਪਣੀ ਜ਼ਿੰਦਗੀ ਦਾ ਖਾਣਾ ਹੈ, ਰੱਬ ਨੇ ਇੰਨਾ ਕੁਛ ਭੰਡਾਰੇ ਪੈਦਾ ਕੀਤੇ ਹੋਏ ਨੇ, ਪਰ ਬੰਦੇ ਨੂੰ ਬੰਦੇ ਨਾਲ ਈਰਖਾ ਹੈ, ਉਹ ਕਿਸੇ ਦੂਜੇ ਨੂੰ ਦੇਖ ਕੇ ਨਹੀਂ ਬਰਦਾਸ਼ਤ ਕਰ ਸਕਦਾ, ਉਹਦੇ ਮਨ ਵਿੱਚ ਦਵੈਸ਼ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤ੍ਰਿਸ਼ਨਾ, ਦਵੈਸ਼ ਭਾਵਨਾ, ਪਰਾਈ ਤਾਤ, ਈਰਖਾ, ਇਹ ਸਾਰੇ ਮਨ ਦੇ ਰੋਗ ਨੇ। ਜਿਹਨੇ ਮਨ ਦੇ ਰੋਗੀ ਰੋਗ ਨੇ, ਯਾਦ ਰੱਖਿਓ ਜੀ ਉਹ ਸਮਾਜ ਉੱਤੇ ਭਾਰ ਨਹੀਂ। ਮਨ ਦਾ ਰੋਗੀ ਵੀ ਸਮਾਜ ਉੱਤੇ ਭਾਰ ਹੁੰਦਾ, ਮਨ ਦਾ ਰੋਗੀ ਵੀ ਕਦੇ ਖੁਸ਼ੀਆਂ ਖੇੜੇ ਨਹੀਂ ਮਾਣ ਸਕਦਾ, ਉਹ ਕਲਪਿਆ ਰਹਿੰਦਾ, ਹਮੇਸ਼ਾ ਕਲਪਿਆ ਰਹਿੰਦਾ। ਗੁਰੂ ਕੀ ਬਣ ਜਾਏ ਕਬੂਲ ਕਹਿੰਦੇ ਹਾਂ ਸਾਹਿਬ, ਕਹਿੰਦੇ ਕਦੇ ਮਨ ਦੇ ਰੋਗੀ ਨੂੰ ਦੇਖਣਾ ਹੋਵੇ ਨਾ, ਮਾਥੇ ਤ੍ਰਿਕੁੱਟੀ, ਉਹਦੇ ਮੱਥੇ 'ਤੇ ਤਿਊੜੀਆਂ, ਖਿਜਿਆ ਹੋਇਆ ਮੱਥਾ, ਮਾਥੇ ਤ੍ਰਿਕੁੱਟੀ, ਦ੍ਰਿਸ਼ਟ ਕਰੂਰ, ਉਹਦੀ ਦ੍ਰਿਸ਼ਟੀ ਜਿਹੜੀ ਹੈ, ਨਜ਼ਰ ਜਿਹੜੀ ਬੜੀ ਕਰੂਰ, ਬੜੀ ਕੌੜੀ ਨਜ਼ਰ ਹੈ। ਮਾਥੇ ਤ੍ਰਿਕੁੱਟੀ, ਦ੍ਰਿਸ਼ਟ ਕਰੂਰ, ਬੋਲੇ ਕੌੜਾ, ਇਹ ਰੋਗੀ ਨੇ ਲੋਕ, ਉਹ ਘਰੇ ਬੈਠੇ ਬੱਚਾ ਨਹੀਂ ਬੋਲਦਾ, ਬੋਲੇ ਕੌੜਾ। ਜੇ ਬਾਕੀ ਫੂਡ ਸਾਹਿਬ ਕਹਿੰਦੇ ਇਉਂ ਸਮਝ ਲਓ ਉਹਦੀ ਜੇਬਾ ਦੇ ਉੱਤੇ ਰੱਬ ਨੇ ਇਹੋ ਜਿਹਾ ਇੱਕ ਰੋਗ ਲਾ ਦਿੱਤਾ, ਇੱਕ ਇਹੋ ਜਿਹਾ ਫੋੜਾ ਹੈ, ਇੱਕ ਇਹੋ ਜਿਹਾ ਜ਼ਖਮ ਹੈ ਜਿਹੜਾ ਉਹਨੂੰ ਕਦੇ ਮਿੱਠਾ ਬੋਲਣ ਹੀ ਨਹੀਂ ਦਿੰਦਾ। ਇਹ ਮਨ ਦੇ ਰੋਗੀਆਂ ਦੀ ਅਵਸਥਾ ਹੈ। ਇੱਕ ਛੋਟੀ ਜਿਹੀ ਮੈਂ ਗੱਲ ਕਹਿੰਦੇ ਹਾਂ, ਫਿਰ ਆਪਾਂ ਇੱਥੋਂ ਤੋਂ। ਇੱਕ ਮਾਲਕ ਬੜਾ ਅਮੀਰ ਸੀ, ਉਹਨੇ ਘਰ 3-4 ਨੌਕਰ ਰੱਖੇ ਹੋਏ ਸਨ। ਨੌਕਰ ਬੜੇ ਦੁਖੀ ਰਹਿੰਦੇ ਸਨ, ਪਰ ਮਜ਼ਬੂਰੀ ਸੀ, ਹੋਰ ਕਿਧਰੇ ਜਾ ਨਹੀਂ ਸਕਦੇ।
रब का सबब बनिया वह मानक नूं कितें 15 कु दिन बाहर जाना पै गया। वह 15 दिन बाहर गया तो हैरानी की गल यह हुई भी जिस दिन 16वें दिन आया तो विहार बिल्कुल बदलिया होया सी, वतीरा बिल्कुल बदलिया होया, नौकरां नूं बड़े प्यार नाल बोले, हाल चाल पुछे, उन्होंने बच्चों का हाल चाल पुछे, उन्होंने घर परिवार की गल पुछे, कुछ कुछ उन्होंने गिफ्टां भी लेके आया तो उन्होंने सारियां जिनी हो सकती सी सारियां गिफ्टां भी दित्तियां, बाकियों ने तो बर्दाश्त कर लिया। पर एक सियाणा बजुर्ग लंबे समय तो उन्होंने घर में नौकर सी, उहदे कोल सारिया ने गया, उन्हें एक गल पुछी, कहन लगे मालक जी हो मैं एक गल तो बड़ा हैरान है, तो मेरे को बर्दाश्त नहीं होती, मैं पूछना चाहना है मैनू ये गल दसो भी 15 दिनों में तुसी इन्ना किवें तब्दील हो गए, इन्ना बदल किवें गए। अज मालिक ने हाथ जोड़े कह लगे रब ने बड़ा वड्डा एहसास करवा दिता मैनू पहला नसीब होया। कह लगे वह किवें, कह लगे मैं भी जदों मैं गया तो जिहड़े शहर में जाना सी रब का सबब बनदिया भी मेरा सारा समान चोरी हो गया, ना मेरे को एड्रैस पता, ना मेरे कोई होर साधन, ना मेरे को खाण नूं भोजन, ना मेरे को पहनने लई कपड़े, आराम सुख आराम दा मैं पलिया होया। जदों कोई साधन ना बनिया, मैनू 2 दिन रोटी ना मिली, मैनू 2 दिन बिस्तरा ना मिलिया, मैं भटकता फिर रहा। अचानक एक बंदा वो मेरे कपड़े मेले हो गए सन, मेरा हाल बुरा हो गया सी, ना इशनान करन करके ते ना कदे दुख देखे होने करके एक बंदा आया, वो कहन लगे भी भलिया मेरा नौकर चला गया, जे तू 10-15 दिन मेरे घर नौकर रह जाए, रोटी का मुथाज सा, रहन का मुथाज सा, तो मैं सोचा भी कोई गल नहीं मैं 15 दिन नौकरी कर लेना। तो जलों मैं उन्हें पर 15 दिन नौकरी की, 10-12 दिन नौकरी की, तो मैनू जदों भी बोलिया करे बहुत कौड़ा बोलिया करे, मैं उहदे बोलां नूं बर्दाश्त करा, पर मैं हैरान होवां भी मैं कर कुछ नहीं सकता, प्रशादे पानी का प्रबंध है, मैं कहां ते कुछ ना, पर मैं इन्ना ज़्यादा कलपा भी ये किन्ना कौड़ा बोलता है, उही कम कहना मिठे शब्दों में कह लवे, जदों ये मैनू कौड़ा बोलता सी ना मैं बर्दाश्त करता सा, सच करके जाने मैनू तुहाडियां सारियां दियां तस्वीरां अखां अगे आउंदियां सन, मन तैनू वो किवें कबूल करदे होंगे, तू दिन रात ही लोगों ने मन जख्मी करी जाना है, तू दिन रात ही लोगों ने पाप कमाई जाना है, तू कुछ भी नहीं दे सकता, मिठे बोलता दे दे, जे कुछ भी नहीं दे सकता किसी के जख्मां ते मलमता ला दे, इन्ना ते कर सकदा तेरे कोल हो सकता है, बाकी कुछ सरे ना सरे तेरिया मजबूरियां हो सकदियां, पर मिठे बोल तो किसी ने दे सकदा ना। मैनू अज पता लगा है भी मैनू नौकर हो के विहार करना चाहिए, इसलिए अज तो बाद बीती भुल जाओ, मैं हाथ जोड़ बेनती करा अज तो बाद मैं तुहाडे नाल कदे कबड़ा नहीं बोलदांगा। मैं सिर्फ इतना को बेनती कर रहा सा भी एहसास बंदे के अंदर एक दर्द ते नवी गल पैदा कर देता है, बोलता कौड़ा जे बाकी मन के रोगी लोग ने जेडे वो कदे समाज में सुख नहीं बन सकते, मन के रोगी लोग ने जेड़े वो कदे जीवन का आनंद नहीं ले सकते, ईरखा बस इस गल तो दिन रात कर भी जाते हैं, दूजे को इन्ना क्यों है, मेरे को घट क्यों है, जो अपने को कदे आनंद नहीं ले सकेंगे, कदे सुख नहीं मान सकेंगे, दूजे वल वेख के ईरखा पैदा करके दिन रात सड़ता रहेगा बंदा। तो मैं बेनती करा जे तन दे रोगों का इलाज है ना तो सच करके जाने, मन के रोगों का भी इलाज है, उत्थे भी कोई वैद्य डॉक्टर हकीम सियाणा बैठा हुंदा है, इत्थे भी कोई वैद्य हकीम सियाणा बैठा है, मेरा वैद्य गुरु गोबिंदा हर हर नाम औखद मुख देवै,
ਕੱਟ ਹੈ ਜਾਂ ਮੱਕੀ ਫੰਦਾ। ਜ਼ਰੂਰੀ ਨਹੀਂ ਅਸੀਂ ਧਰਮ ਦੀ ਪਰਿਭਾਸ਼ਾ ਬਦਲ ਕੇ ਰੱਖ ਦਿੱਤੀ, ਜ਼ਰੂਰੀ ਨਹੀਂ ਲੰਬੇ ਚੌੜੇ ਹੀ ਪਾਉਣੇ ਨੇ, ਜ਼ਰੂਰੀ ਨਹੀਂ ਵੱਡੀਆਂ ਕਿਰਪਾਨਾਂ ਹੀ ਪਾਉਣੀਆਂ ਨੇ। ਸਾਦੇ ਢੰਗ ਨਾਲ ਰਹਿ ਕੇ ਵੀ ਗੁਰੂ ਕੀ ਬਾਣੀ ਪੜ੍ਹ ਕੇ ਆਪਣੇ ਮਨ ਨੂੰ ਸੁਧਾਰਿਆ ਜਾ ਸਕਦਾ ਹੈ। ਗੁਰੂ ਕੀ ਬਾਣੀ ਵਿੱਚੋਂ ਜੀਵਨ ਦੀ ਕਣੀ ਲੱਭ ਕੇ, ਜੀਵਨ ਦੇ ਸੱਚ ਨੂੰ ਲੱਭ ਕੇ, ਗੁਰੂ ਧਾਰਨ ਕਰਕੇ ਜੀਵਨ ਦਾ ਰਾਹ ਲੱਭਿਆ ਜਾ ਸਕਦਾ। ਗੁਰੂ ਜਿਹੜਾ ਸਾਡੇ ਉਹ ਮਨਾਂ ਦੇ ਲੋਕਾਂ ਨੂੰ ਦੂਰ ਕਰਦਾ, ਗੁਰੂ ਹੀ ਹੈ ਜਿਹੜਾ ਸਾਡੇ ਜੀਵਨ ਦੇ ਵਿੱਚ ਉਹ ਦਾਤ ਰੱਖ ਸਕਦਾ ਜਿਹੜੀ ਸਾਨੂੰ ਰੱਬ ਦੇ ਨੇੜੇ ਕਰ ਸਕਦੀ ਹੈ। ਇਸੇ ਲਈ ਹਜ਼ੂਰ ਨੇ ਇੱਕ ਬਚਨ ਰੱਖ ਦਿੱਤਾ, ਕਹਿਣ ਲੱਗੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਕੋਲ ਬੈਠ ਕੇ ਦੇਖ, ਗੁਰੂ ਇੱਕ ਦਾਤ ਸਮਝਾਏਗਾ ਤੇਰੀ ਜ਼ਿੰਮੇਵਾਰੀ ਕੀ ਹੈ। ਛੋਟੀ ਜਿਹੀ ਗੱਲ ਹੋਰ ਕਹਿੰਦੇ ਆ, ਸ਼ੇਖ ਸਾਦੀ ਨੇ ਇੱਕ ਬੜੀ ਪਿਆਰੀ ਵਿਚਾਰ ਲਿਖੀ ਹੈ। ਉਹ ਕਹਿੰਦੇ ਵੀ ਕਦੇ ਪਸ਼ੂ ਪੰਛੀਆਂ ਨੂੰ ਦੇਖ, ਉਹ ਕੁਝ ਖਾਂਦੇ ਨੇ ਨਾ, ਤੇ ਰੱਬ ਨੇ ਉਹਨਾਂ ਦੀ ਰਚਨਾ ਕਿਹੋ ਜਿਹੀ ਰੱਖੀ ਹੈ, ਜਦੋਂ ਖਾਣ ਲੱਗਦੇ ਨੇ ਉਦੋਂ ਸਿਰ ਝੁਕਾਉਣਾ ਪੈਂਦਾ। ਗਾਂ ਨੂੰ ਦੇਖ ਲਓ, ਮੱਝ ਨੂੰ ਦੇਖ ਲਓ, ਕਬੂਤਰਾਂ ਨੂੰ, ਚਿੜੀਆਂ ਨੂੰ, ਕਾਵਾਂ ਨੂੰ, ਜਿਹੜੀ ਚੀਜ਼ ਨੂੰ ਮਰਜ਼ੀ ਦੇਖ ਲਓ, ਕੁਝ ਖਾਣ ਲੱਗਣਗੇ ਤੇ ਉਹਨਾਂ ਨੂੰ ਪਹਿਲਾਂ ਸਿਰ ਝੁਕਾਉਣਾ ਪਏਗਾ। ਰੱਬ ਨੇ ਮਨੁੱਖ ਦੀ ਕਿੱਡੀ ਵੱਡੀ ਸਰਦਾਰੀ ਕਾਇਮ ਰੱਖੀ। ਰੱਬ ਕਹਿਣ ਲੱਗਿਆ, ਬੰਦਿਆ ਤੂੰ ਸਾਰੀ ਦੁਨੀਆ ਵਿੱਚੋਂ ਸੁਲਝਿਆ ਹੋਇਆ, ਸਾਰੇ ਸੰਸਾਰ ਵਿੱਚੋਂ ਜਾਗਿਆ ਹੋਇਆ, ਤੂੰ ਖਾਣ ਤੋਂ ਪਹਿਲਾਂ ਸਿਰ ਨਾ ਝੁਕਾਈ, ਤੂੰ ਖਾ ਕੇ ਸਿਰ ਝੁਕਾ ਦੇਈ, ਮੈਂ ਤੈਨੂੰ ਦੱਸਣਾ ਚਾਹੁੰਦਾ, ਮੈਂ ਤੈਨੂੰ ਹਕੀਕਤ ਵਿੱਚ ਦੱਸਣਾ ਚਾਹੁੰਦਾ। ਗੁਰੂ ਕੀ ਬਾਣੀ ਦੇ ਬੋਲ ਸਾਨੂੰ ਅਗਵਾਈ ਬਖਸ਼ਿਸ਼ ਕਰਦੇ ਨੇ, ਜਿਸਦਾ ਦਿੱਤਾ ਖਾਵਣ ਤਿਸ ਕਹੀਏ ਸ਼ਾਬਾਸ਼, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ, ਸ਼ੱਕ ਹੀ ਸ਼ੁਕਰਾਨਾ ਕਰ ਦਿਓ ਰੱਬਾ ਤੇਰੀ ਕਿਰਪਾ ਹੋਈ ਹੈ। ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਪਰ ਸਾਡਾ ਹਾਲ ਇਹ ਹੈ, ਖਾਂਦਿਆਂ ਖਾਂਦਿਆਂ ਮੂੰਹ ਘੱਟਾ, ਪਹਿਨਦਿਆਂ ਸਭ ਅੰਗ ਤ੍ਰਿਗ ਤਿਨਾਂ ਦਾ ਜੀਵਿਆ, ਜਿਵ ਸੱਚ ਨਾ ਲੱਗੋ ਰੰਗ। ਪਹਿਨਦਿਆਂ ਪਹਿਨਦਿਆਂ ਸਰੀਰ ਦੇ ਅੰਗ ਤਾਂ ਜਵਾਬ ਦੇ ਗਏ, ਪਰ ਯਾਦ ਰੱਖਿਓ ਜੇ ਖਾਂਦਿਆਂ ਖਾਂਦਿਆਂ ਮੂੰਹ ਦੇ ਦੰਦ ਤਾਂ ਜਵਾਬ ਦੇ ਗਏ, ਪਰ ਉਸ ਮਾਲਕ ਨੇ ਬਰਕਤਾਂ ਵਿੱਚ ਕਮੀ ਨਹੀਂ ਰੱਖੀ। ਪਰ ਬੰਦਾ ਇੱਕ ਦਿਨ ਵੀ ਸਾਈਂ ਦਾ ਸ਼ੁਕਰਾਨਾ ਨਹੀਂ ਕਰਦਾ, ਇੱਕ ਦਿਨ ਵੀ ਮਾਲਕ ਦਾ ਧੰਨਵਾਦ ਨਹੀਂ ਕਰਦਾ। ਸਾਹਿਬ ਜੀ ਆਖਦੇ ਨੇ, ਕਹਿਣ ਲੱਗੇ ਭਲਿਆ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਕ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਣ ਅੱਖ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਲ, ਸਭ ਅਕਾਲਕ ਦਾਗਾਂ ਦਾਗ, ਦਾਗ ਦੋਸ਼ ਮੋਹ ਚਲਿਆ ਲਾਏ, ਦਰਗਾਹ ਬੈਠਣ ਨਾਹੀ ਜਾਏ। ਗੁਰੂ ਇਸ ਲਈ ਧਾਰਨ ਕਰਨਾ, ਮੈਨੂੰ ਜੀਵਨ ਦੀ ਸੂਝ ਬੂਝ ਆ ਜਾਏ, ਮੇਰੇ ਕੀ ਫਰਜ਼ ਨੇ, ਮੇਰੇ ਰੱਬ ਪ੍ਰਤੀ ਕੀ ਫਰਜ਼ ਨੇ, ਮੇਰੇ ਪਰਿਵਾਰ ਪ੍ਰਤੀ ਕੀ ਫਰਜ਼ ਨੇ, ਮੈਨੂੰ ਇੱਕ ਚੰਗਾ ਇਨਸਾਨ ਬਣ ਕੇ ਜਿਉਣਾ ਚਾਹੀਦਾ, ਮੈਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ, ਮੈਨੂੰ ਵਿਕਾਰਾਂ ਤੋਂ ਦੂਰ ਰਹਿਣਾ ਚਾਹੀਦਾ। ਸੱਚ ਕਰਕੇ ਜਾਣਿਓ, ਜਿਹੜੇ ਗੁਰੂ ਨੂੰ ਆਪਣੇ ਜੀਵਨ ਵਿੱਚ ਸਾਥੀ ਬਣਾ ਲੈਂਦੇ ਨੇ ਨਾ, ਉਹ ਔਖੀਆਂ ਘੜੀਆਂ ਵੀ ਸੌਖੀਆਂ ਪਾਰ ਕਰ ਜਾਂਦੇ ਨੇ, ਉਹ ਭਲੇ ਜੀਵਨ ਵਿੱਚ ਥਿੜਕਦੇ ਨਹੀਂ, ਕਿਉਂਕਿ ਗੁਰੂ ਉਹਨਾਂ ਦੇ ਨਾਲ ਹੁੰਦਾ, ਗੁਰੂ ਉਹਨਾਂ ਨੂੰ ਸਦੀਵ ਅਡੋਲ ਰੱਖਦਾ, ਗੁਰੂ ਇੱਕ ਟੇਕ ਦਿੰਦਾ, ਗੁਰੂ ਇੱਕ ਸਹਾਰਾ ਦਿੰਦਾ। ਸ਼ਬਦ ਤੋਂ ਬਿਨਾਂ ਜ਼ਿੰਦਗੀ ਕਦੇ ਸਵਾਰੀ ਨਹੀਂ ਜਾਣੀ। ਮੈਂ ਬੇਨਤੀ ਕਰਾਂ, ਇੱਕ ਗੁਰਵਾਕਮ, ਮੇਰਾ ਖਿਆਲ ਨਹੀਂ ਵੀ ਕੋਈ ਸਿੱਖ ਅਜਿਹਾ ਹੋਏਗਾ ਜਿਹਨੇ ਇਹ ਸ਼ਬਦ ਨਾ ਕਦੇ ਪੜ੍ਹਿਆ ਸੁਣਿਆ ਹੋਵੇ। ਸਾਚੀ ਲਿਵੈ ਬਿਨ ਦੇਹ ਨਿਮਾਣੀ। ਹੁਣ ਇੱਥੇ ਗੁਰੂ ਕੋਲ ਆ ਕੇ ਪਤਾ ਲੱਗੇਗਾ ਨਾ, ਮੇਰੇ ਕੋਲ ਸਭ ਕੁਛ ਹੈ, ਪਰ ਕੀ ਮੇਰੀ ਲਿਵ ਰੱਬ ਦੇ ਚਰਨਾਂ ਵਿੱਚ ਹੈ। ਲਿਵ ਦਾ ਮਤਲਬ ਜੋਗੀਆਂ ਵਾਲੀ ਲਿਵ ਨਹੀਂ ਹੈ ਸਾਡੀ। ਮੈਂ ਤੁਹਾਡੇ ਕੋਲ ਪਹਿਲੀ ਵਾਰੀ ਆਇਆ ਤੇ ਤੁਹਾਨੂੰ ਕਈ ਗੱਲਾਂ ਹੋ ਸਕਦਾ ਨਵੇਕਣੀਆਂ ਲੱਗਣ। ਸਾਡੀ ਲਿਵ ਜੋਗੀਆਂ ਵਾਲੀ ਨਹੀਂ ਹੈ, ਸਾਡੀ ਲਿਵ ਵੱਖਰੀ ਹੈ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਵਾਚੋ ਕਿਆ ਕਰੇ ਵਿਚਾਰੀਆ। ਮਾਲਕ ਦੇ ਚਰਨਾਂ ਵਿੱਚ ਜੁੜ ਕੇ ਕਿਤੇ ਅਹਿਸਾਸ ਪੈਦਾ ਹੋ ਜਾਏ, ਸਾਈਆਂ ਸਾਰਾ ਕੁਛ ਤੂੰ ਮੈਨੂੰ ਦਿੱਤਾ, ਪਰ ਜੇ ਮੇਰੇ ਜੀਵਨ ਵਿੱਚ ਤੇਰਾ ਸ਼ਬਦ ਨਹੀਂ ਨਾ, ਤੇਰਾ ਉਪਦੇਸ਼ ਨਹੀਂ ਨਾ,
ਤਾਂ ਮੈਂ ਜ਼ਿੰਦਗੀ ਦੇ ਵਿੱਚੋਂ ਕੁਝ ਖੱਟ ਨਹੀਂ ਸਕਾਂਗਾ। ਸਾਕੀ ਲਵੈ ਬਿਨ ਦੇਹਨਮਾਨੀ, ਦੇਹਨਮਾਨੀ ਲਵੈ ਬਾਝੋ, ਕਿਆ ਕਰੇ ਵਿਚਾਰੀਆ, ਤੁਧ ਬਾਝ ਸਮਰੱਥ ਕੋਈ ਨਹੀਂ, ਤੇਰੇ ਤੋਂ ਵੱਡਾ ਸਮਰੱਥ ਕੋਈ ਨਹੀਂ, ਕਿਰਪਾ ਕਰ ਪਰਵਾਰੀਆ, ਇਸ ਨੂੰ ਹੋਰ ਥਾਂ ਨਹੀਂ, ਇਹਨੂੰ ਕੋਈ ਟਿਕਾਣਾ ਨਹੀਂ, ਹੋਰ ਸ਼ਬਦ ਲਾਗ ਸਵਾਰੀਆ, ਇਹ ਜਦੋਂ ਵੀ ਸੁਧਰੇਗਾ ਗੁਰੂ ਸ਼ਬਦ ਨਾਲ ਹੀ ਸੁਧਰੇਗਾ। ਇੱਕ ਵਾਰ ਮੈਨੂੰ ਪੜ੍ਹਦਾ, ਤੁਸੀਂ ਅੱਜ ਦੇਖਦੇ ਹੋ ਨਾ ਵੀ ਕੋਈ ਡਾਕਟਰ ਬਣਿਆ, ਕੋਈ ਇੰਜੀਨੀਅਰ ਬਣਿਆ, ਕੋਈ ਸਾਇੰਸਦਾਨ ਬਣਿਆ, ਕੋਈ ਵੀ ਦੁਨੀਆਂ 'ਚ ਟੋਪਰ ਬਣਿਆ, ਉਹਨੇ ਕਦੇ ਨਾ ਕਦੇ ਸ਼ਬਦ ਦਾ ਲੜ ਪਕੜਿਆ, ਸ਼ਬਦ ਦਾ ਲੜ ਪਕੜ ਕੇ ਹੀ ਅੱਗੇ ਗਿਆ। ਜਿਹਨੇ ਜਿੰਨਾ ਵਕਤ ਸ਼ਬਦ ਨੂੰ ਦਿੱਤਾ, ਸ਼ਬਦ ਨੇ ਓਨਾ ਹੀ ਉਹਦੀ ਜ਼ਿੰਦਗੀ ਨੂੰ ਕੀਮਤੀ ਬਣਾ ਦਿੱਤਾ। ਫਿਰ ਦੁਹਰਾਵਾਂ, ਜਿਹਨੇ ਜਿੰਨਾ ਵਕਤ ਸ਼ਬਦ ਨੂੰ ਦਿੱਤਾ, ਸ਼ਬਦ ਨੇ ਉਹਦੀ ਜ਼ਿੰਦਗੀ ਨੂੰ ਓਨਾ ਹੀ ਕੀਮਤੀ ਬਣਾ ਦਿੱਤਾ, ਓਨੀ ਉਹਦੀ ਜ਼ਿੰਦਗੀ ਕੀਮਤੀ ਹੋ ਗਈ। ਜਿਹਨਾਂ ਨੇ ਸਕੂਲਾਂ ਕਾਲਜਾਂ ਵਿੱਚ ਵਕਤ ਘੱਟ ਦਿੱਤਾ ਹੁੰਦਾ, ਉਹ ਆਪਣੀ ਜ਼ਿੰਦਗੀ ਦੇ ਅੰਦਰ ਕੀਮਤ ਵੀ ਬਹੁਤ ਥੋੜ੍ਹੀ ਪਾਉਂਦੇ ਨੇ, ਉਹਨਾਂ ਦੀ ਕੀਮਤ ਵੀ ਵੱਧ ਜਾਂਦੀ ਹੈ ਜਿਹਨਾਂ ਨੇ ਸ਼ਬਦ ਨੂੰ ਵਕਤ ਦਿੱਤਾ ਹੁੰਦਾ। ਹਜ਼ੂਰ ਆਖਦੇ ਨੇ, ਕਹਿਣ ਲੱਗੇ, ਸੱਜਣਾ ਜੇ ਸ਼ਬਦ ਤੈਨੂੰ ਇੰਜੀਨੀਅਰ ਬਣਾ ਦਿੰਦਾ, ਸ਼ਬਦ ਤੈਨੂੰ ਸਾਇੰਸਦਾਨ ਬਣਾ ਦਿੰਦਾ, ਸ਼ਬਦ ਤੈਨੂੰ ਟੋਪਰ ਬਣਾ ਦਿੰਦਾ, ਤੇ ਮੈਂ ਤੈਨੂੰ ਪੁੱਛਣਾ ਚਾਹੁੰਦਾ, ਜਿੱਦਣ ਤੂੰ ਗੁਰੂ ਦਾ ਸ਼ਬਦ ਪਕੜੇਗਾ ਤੂੰ ਗੁਰਮੁਖ ਨਹੀਂ ਬਣੇਗਾ? ਜਿੱਦਣ ਤੂੰ ਗੁਰੂ ਦਾ ਸ਼ਬਦ ਪਕੜੇਗਾ ਤੂੰ ਰੱਬ ਦਾ ਰੂਪ ਨਹੀਂ ਬਣੇਗਾ? ਜਿੱਦਣ ਤੂੰ ਗੁਰੂ ਦਾ ਸ਼ਬਦ ਪਕੜੇਗਾ, ਇੱਕ ਗੱਲ ਮੈਂ ਖੁੱਲ੍ਹੇ ਤੌਰ 'ਤੇ ਕਹਿ ਦੇਣੀ ਚਾਹੁੰਦਾ, ਅਸੀਂ ਤਰੀਕਾ ਹੀ ਗਲਤ ਅਪਣਾਇਆ ਹੋਇਆ, ਤਰੀਕਾ ਹੀ ਗਲਤ ਅਪਣਾਇਆ ਹੋਇਆ। ਅਸੀਂ ਪਹਿਲਾਂ ਹੀ ਕਹਿ ਰਹੇ ਵੀ ਅਮਰ ਸ਼ਕ ਮੈਨੂੰ ਮਾਫ਼ ਕਰਨਾ, ਉਸ ਤੋਂ ਪਹਿਲਾਂ ਕਿਤੇ ਗੁਰੂ ਸ਼ਬਦ ਦਾ ਸਹਾਰਾ ਲੈ ਲਈਏ ਨਾ, ਅੰਦਰ ਸ਼ਬਦ ਟਿਕ ਜਾਏ, ਸ਼ਬਦ ਟਿਕ ਜਾਏ। ਇੱਕ ਸ਼ਬਦ ਮੈਂ ਕਹਿ ਰਿਹਾ ਪਹਿਲਾਂ, ਫਿਰ ਇਸੇ ਗੱਲ ਬਣਾਉਣੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸਤਿਗੁਰੂ ਫਿਰ ਕੀ ਹੋਵੇਗਾ? ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨਕੋ ਨਦਰ ਕਰਮ ਹੋਵੇ, ਹਿਰਦੇ ਤਿਨਾ ਸਮਾਣੀ, ਉਹਨਾਂ ਦੇ ਹਿਰਦਿਆਂ ਵਿੱਚ ਬਾਣੀ ਜਾ ਕੇ ਸਮਾ ਜਾਏਗੀ। ਯਾਦ ਰੱਖਣੀ ਬਾਣੀ ਗੱਲ ਵੱਖਰੀ ਹੈ, ਹਿਰਦੇ ਤੱਕ ਪਹੁੰਚਣੀ, ਕਿਰਦਾਰ ਵਿੱਚ ਪਹੁੰਚਣੀ ਗੱਲ ਵੱਖਰੀ ਹੈ। ਹਿਰਦੇ ਤਿਨਾ ਸਮਾਣੀ, ਜਿਹਨਾਂ ਦੇ ਹਿਰਦਿਆਂ ਵਿੱਚ ਬਾਣੀ ਸਮਾ ਗਈ ਨਾ, ਹੁਣ ਤਬਦੀਲੀ ਹੋਣ ਲੱਗੀ ਜੇ। ਹਿਰਦੇ ਤੇਰਾ ਸਮਾਣੀ, ਪੀਵੋ ਅੰਮ੍ਰਿਤ। ਅਸੀਂ ਬਾਹਰ ਤੌਰ 'ਤੇ ਪ੍ਰੈਸ਼ਰ ਦੇ ਕੇ ਆਖ ਦਿੰਦੇ ਹਾਂ, ਅਤੇ ਅੰਦਰ ਦੀ ਗੱਲ ਨਹੀਂ ਸਮਝਾਉਂਦੇ, ਅੰਦਰ ਦੀ ਭੁੱਖ ਪਿਆਸ ਨਹੀਂ ਪੈਦਾ ਕਰ ਪਾਏ। ਜਿਨ ਕੋ ਨਜ਼ਰ ਕਰਮ ਹੋਵੇ, ਹਿਰਦੇ ਤੇਰਾ ਸਮਾਣੀ, ਪੀਵੋ ਅੰਮ੍ਰਿਤ। ਸਦਾ ਰਹੋ ਹਰ ਰੰਗ, ਜਪਿਓ ਸਾਰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਹਜ਼ੂਰ ਜੀ ਆਖਦੇ ਨੇ, ਕਹਿੰਦੇ ਸ਼ਬਦ ਨਹੀਂ ਤੈਨੂੰ ਸਵਾਰਨਾ, ਤੈਨੂੰ ਜਦੋਂ ਵੀ ਸਵਾਰਨਾ ਕੇਵਲ ਸ਼ਬਦ ਨੇ ਸਵਾਰਨਾ, ਉਸ ਤੋਂ ਬਿਨਾਂ ਤੈਨੂੰ ਕੋਈ ਸਵਾਰ ਨਹੀਂ ਸਕਦਾ। ਇੱਕ ਵਾਰ ਫਿਰ ਧਿਆਨ ਵਿੱਚ ਰੱਖੋ ਜੇ ਹੁਣ ਮੈਂ ਵਿਗੜਿਆ ਕੀ ਹੋਇਆ, ਮੈਂ ਵਿਗੜਿਆ ਕੀ ਹੋਇਆ, ਇਹਦਾ ਮੈਂ ਸਵਾਰਨਾ? ਹਜ਼ੂਰ ਕਹਿੰਦੇ ਬਾਹਰੋਂ ਤਾਂ ਬੜਾ ਸੁਣ ਲੱਗਣਾ ਸੱਜਣਾ, ਵਿਗੜਿਆ ਕਿ ਅੰਦਰੋਂ ਹੈ ਨਾ, ਵਿਗੜਿਆ ਤੇ ਅੰਦਰੋਂ ਹੈ ਨਾ, ਬਾਹਰੋਂ ਤਾਂ ਦੇਖਣ ਨੂੰ ਬੜਾ ਸੋਹਣਾ ਲੱਗਦਾ, ਅੰਦਰ ਆਪਣੇ ਘਰੇ ਝਾਤ ਮਾਰ ਕੇ ਦੇਖ, ਨੰਗਾ ਦੁੱਧ ਚਾਲਿਆ ਤਾਂ ਜਿਸੇ ਕਰਾਂ ਡਰਾਵਣਾ, ਆਪਣੇ ਆਪ ਤੋਂ ਡਰਨ ਲੱਗ ਜਾਏਗਾ ਜਿੱਦਣ ਤੂੰ ਆਪਣੇ ਅੰਦਰ ਦੀ ਤਸਵੀਰ ਵੇਖ ਲਈ। ਜਿਹਨਾਂ ਅੰਦਰ ਦੀਆਂ ਤਸਵੀਰਾਂ ਵੇਖੀਆਂ ਨੇ ਉਹ ਡਰ ਗਏ ਨੇ, ਉਹਨਾਂ ਅਰਦਾਸਾਂ ਕੀਤੀਆਂ ਨੇ, ਹਾਂ ਅਪਰਾਧੀ ਗੁਨਹਗਾਰ, ਹਾਂ ਬੇਮੁਖ ਮੰਦਾ, ਚੋਰ ਜਾਰ ਜੁਆਰ, ਹਾਂ ਪਰ ਕਰ ਜੂ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇ ਸ਼ਗੰਦਾ, ਵਿਸ਼ਵਾਸ ਘਾਤੀ ਅਕਿਰਤ ਕਣ, ਮੈਂ ਕੋ ਨਾ ਰਖੰਦਾ, ਸ਼ਿਵਰ ਮਰੀਟਾ ਢਾਡੀਆਂ, ਸਤਿਗੁਰ ਬਖਸ਼ੰਦਾ। ਕਹਿੰਦੇ ਅੰਦਰ ਦੀ ਤਸਵੀਰ ਵੇਖੀ, ਮੇਰਾ ਮਨ ਡਰ ਗਿਆ, ਰੱਬਾ ਮੇਰੇ ਵਿੱਚ ਇੰਨੇ ਔਕੜ ਭਰੇ ਹੋਏ ਨੇ। ਜੇਕਰ ਤੂੰ ਆਪਣੇ ਅਸੀਂ ਆਪਣੇ ਅੰਦਰ ਦੀ ਤਸਵੀਰ ਵੇਖਾਂਗੇ ਫਿਰ ਪਤਾ ਲੱਗੇਗਾ ਅੰਦਰ ਤਾਂ ਮੇਰਾ ਇਹ ਹਾਲ ਹੈ। ਸਾਹਿਬ ਜੀ ਆਖਦੇ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛੱਡ ਵਿਖੇ ਵਿਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਧ ਦਾਰਾ ਸੋ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਪੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਮੈਂ ਫਿਰ ਬੇਨਤੀ ਕਰਾਂ, ਜਿਹੜਾ ਸਵਾਰ ਰਹਿਣਾ ਉਹ ਤੇ ਅੰਦਰੋਂ ਸਵਾਰ ਰਹਿ,
ਆਸੀ ਧਰਮ ਦੀ ਕਿਰਿਆ। ਅੰਦਰੋਂ ਕੀ ਵਿਗੜੇ ਹੋਏ ਅਸੀਂ, ਅੰਦਰੋਂ ਸਾਨੂੰ ਵਿਕਾਰਾਂ ਨੇ ਵਿਗਾੜ ਦਿੱਤਾ। ਇਨ ਪੰਚਨ ਮੇਰੋ ਮਨ ਜੋ ਵਿਗਾੜਿਓ, ਪਲ ਪਲ ਹਰ ਜੀਤੇ ਅੰਤਰ ਪਾਰਿਓ, ਮੈਨੂੰ ਪਲ ਪਲ ਰੱਬ ਤੋਂ ਦੂਰ ਕਰ ਦਿੱਤਾ। ਸੌਖੀ ਜੀ ਉਦਾਹਰਣ ਹੈ, ਸੌਖੀ ਜੀ। ਜਿੱਥੇ ਖਤਰਾ ਹੋਵੇ ਪੈਰਾ ਉੱਥੇ ਲਾਇਆ ਜਾਂਦਾ ਹੈ। ਜਿੱਥੇ ਖਤਰਾ ਹੀ ਕੋਈ ਨਹੀਂ ਉੱਥੇ ਪੈਰਾ ਵੀ ਕਦਰ ਹੋਣਾ। ਹਜ਼ੂਰ ਆਖਦੇ ਨੇ, ਕਹਿਣ ਲੱਗੇ ਭਲਿਆ, ਆਪਣੇ ਅੰਦਰ ਝਾਤ ਮਾਰ, ਜਿਹੜੇ ਵਿਕਾਰ ਨੇ ਨਾ ਉਹ ਤੇਰੇ ਅੰਦਰ ਵਸਦੇ ਨੇ, ਬਾਹਰ ਨਹੀਂ। ਵਿਕਾਰ ਤੇਰੇ ਅੰਦਰ ਵਸਦੇ ਨੇ, ਚੋਰ ਤੇਰੇ ਅੰਦਰ ਵਸਦੇ ਨੇ, ਇਸ ਦੇਹੀ ਅੰਦਰ। ਇਹਦੇ ਵਿੱਚ ਪੰਜ ਵਿਕਾਰਾਂ ਦਾ ਵਸਾ ਹੈ, ਪੰਜ ਚੋਰ ਵਸਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਹੰਕਾਰਾ ਅੰਮ੍ਰਿਤ ਲੁੱਟੈ ਮਨ ਮੁੱਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਦੇਹੀ ਅੰਦਰ ਪੰਜ ਚੋਰ ਵਸਦੇ ਨੇ, ਅਸੀਂ ਬਾਹਰੀ ਤੌਰ ਤੇ ਪ੍ਰਬੰਧ ਕਰ ਲਾਂਗੇ, ਪਰ ਅੰਦਰ ਦਾ ਪ੍ਰਬੰਧ ਤੇ ਗੁਰੂ ਸ਼ਬਦ ਹੀ ਕਰ ਸਕਦੇ ਨਾ। ਅੰਦਰ ਵਸਦਾ ਕਾਮ, ਜਦੋਂ ਕਦੇ ਜ਼ਿੰਦਗੀ ਚ ਕਾਮ ਦਾ ਤੂਫਾਨ ਉੱਠਿਆ, ਮੈਨੂੰ ਵਿਕਾਰਾਂ ਵਾਲੇ ਪਾਸੇ ਤੋਂ ਜਾਣ ਦੀ ਬਜਾਏ, ਮੈਨੂੰ ਪਾਪ ਦੀ ਦੁਨੀਆਂ ਵਿੱਚੋਂ ਗਰਕਣ ਤੋਂ ਪਹਿਲਾਂ ਮੇਰੇ ਗੁਰੂ ਨੇ ਵੱਟ ਕੇ ਅੰਦਰੋਂ ਚਪੇੜਾਂ ਮਾਰੀਆਂ, ਅੰਦਰ ਗੁਰੂ ਸ਼ਬਦ ਟਿਕਿਆ ਹੋਇਆ ਸੀ, ਉਹਨੇ ਦੁਹਾਈ ਪਾ ਦਿੱਤੀ। ਕਹਿਣ ਲੱਗਿਆ ਭਲਿਆ, ਇਹਨਾਂ ਵਿਕਾਰਾਂ ਨੇ ਤੇਰੀ ਅਕਲ ਨੂੰ ਤਾਲਾ ਮਾਰ ਦੇਣਾ, ਪਰ ਜੇ ਤੇਰੇ ਨਾਲ ਗੁਰੂ ਹੋਇਆ, ਤੈਨੂੰ ਗੁਰੂ ਸਮਝਾਵੇਗਾ, ਗੁਰੂ ਤੈਨੂੰ ਦੱਸੇਗਾ, ਨਿਮਕ ਕਾਮ ਸਵਾਦ ਕਾਰਨ ਕੋਟ ਤਿਨ ਸੁਖ ਪਾਵੇ, ਘੜੀ ਮੋਹਤ ਰੰਗ ਬਾਣੇ, ਬਹੁਰ ਬਹੁਰ ਪਛਤਾਵੇ। ਗੁਰੂ ਨੇ ਅੰਦਰੋਂ ਦੁਹਾਈ ਪਾ ਦੇਣੀ ਹੈ, ਤੱਕੈ ਨਾਰ ਪਰਾਈਆਂ ਲੁਕ ਅੰਦਰ ਠਾਣੀ, ਅਦਰਾ ਇੱਕ ਪ੍ਰੇਸ਼ਟਾ ਤਿਲ ਪੀੜੇ ਕਹਾਣੀ। ਗੁਰੂ ਨੇ ਤੈਨੂੰ ਅੰਦਰੋਂ ਦੁਹਾਈ ਪਾ ਦੇਣੀ, ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤਬ ਖਾਨੇ, ਆਪਣੀ ਇਸਤਰੀ ਸ਼ੋਹਰਤ ਹੋਈ, ਰਹਿਤ ਵਾਂਗ ਗੁਰ ਕਾ ਸਿੱਖ ਸੋਈ। ਜੇ ਆਪਣੇ ਅੰਦਰ ਤੂੰ ਕਦੇ ਝਾਤ ਮਾਰ ਕੇ ਦੇਖੀ, ਜਦੋਂ ਅੰਦਰੋਂ ਕਾਮ ਪੈਦਾ ਹੋਇਆ, ਗੁਰੂ ਨੇ ਅੰਦਰੋਂ ਹੀ ਅੰਦਰੋਂ ਸ਼ਬਦ ਨਾਲ ਤੈਨੂੰ ਬਚਾ ਲਿਆ, ਸ਼ਬਦ ਨੇ ਤੈਨੂੰ ਡੋਲਣ ਨਹੀਂ ਦਿੱਤਾ। ਸ਼ਬਦ ਇਸ ਲਈ ਹੈ, ਕ੍ਰੋਧ ਆਇਆ, ਜਿਤਨੇ ਲੋਕ ਜੇਲ੍ਹਾਂ ਵਿੱਚ ਬੈਠੇ ਨੇ, ਉਹ ਕੌਣ ਨੇ ਇੱਕ ਪਲ ਕ੍ਰੋਧ ਦੀ ਅੱਗ ਨੂੰ ਸ਼ਾਂਤ ਨਾ ਕਰ ਸਕੇ? ਸਾਰੀ ਜ਼ਿੰਦਗੀ ਦਾ ਪਛਤਾਵਾ ਝੋਲੀ ਪਾ ਲਿਆ, ਪਰ ਇੱਕ ਪਲ ਉਸ ਅੱਗ ਨੂੰ ਸ਼ਾਂਤ ਨਾ ਕਰ ਸਕੇ। ਜੇ ਗੁਰੂ ਅੰਦਰ ਬੈਠਾ ਹੋਇਆ, ਸ਼ਬਦ ਗੁਰੂ ਅੰਦਰ ਬੈਠਾ ਹੋਇਆ, ਜਦੋਂ ਵੀ ਕਦੇ ਕ੍ਰੋਧ ਆਏਗਾ, ਗੁਰੂ ਅੰਦਰੋਂ ਹੀ ਇਲਾਜ ਕਰ ਦੇਗਾ, ਗੁਰੂ ਸਮਝਾ ਦੇਗਾ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਢਾਲ ਹੈ, ਗੁਰੂ ਅੰਦਰੋਂ ਹੀ ਰੌਲਾ ਪਾ ਦੇਗਾ। ਫਰੀਦਾ ਪੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ, ਬਾਹਰ ਤਾਂ ਰੁਕਣ ਪਤਾ ਹੀ ਕੁਛ ਨਹੀਂ, ਭਈ ਅੰਦਰ ਕੀ ਲੜਾਈ ਹੋਈ ਸੀ ਤੇ ਗੁਰੂ ਨੇ ਮੈਨੂੰ ਅੰਦਰੋਂ ਕਿਵੇਂ ਬਚਾ ਕੇ ਰੱਖਿਆ ਸੀ, ਇਹ ਤੇ ਗੁਰੂ ਹੀ ਜਾਣਦਾ। ਅਸੀਂ ਇੱਕ ਜੋਗਾ ਸਿੰਘ ਦੀ ਸਾਖੀ ਤੇ ਬੜੀ ਮਸ਼ਹੂਰ ਕਰ ਦਿੱਤੀ, ਪਰ ਮੈਂ ਆਪਣੇ ਵੱਲ ਝਾਤ ਮਾਰ ਕੇ ਦੇਖਦਾ, ਮਨਾ ਤੂੰ ਕਿੰਨੀ ਵਾਰੀ ਜੋਗਾ ਸਿੰਘ ਬਣਦਾ, ਕਿੰਨੀ ਵਾਰੀ ਡਿੱਗਦਾ, ਕਿੰਨੀ ਵਾਰੀ ਡੋਲਦਾ। ਉਹ ਇੱਕ ਜੋਗਾ ਸਿੰਘ ਦੀ ਸਾਖੀ ਤਾਂ ਉਹ ਬਾਹਰੀ ਤੌਰ ਤੇ ਦ੍ਰਿਸ਼ਟਾਂਤ ਸੀ, ਪਰ ਆਪਣੇ ਅੰਦਰ ਝਾਤ ਮਾਰ, ਤੇਰੇ ਅੰਦਰ ਵੀ ਤਾਂ ਕੋਈ ਜੋਗਾ ਸਿੰਘ ਬੈਠਾ ਹੈ, ਜਿਹੜਾ ਕਦੇ ਕਾਮ ਖਾਤਰ ਡੋਲ ਜਾਂਦਾ, ਕਦੇ ਕ੍ਰੋਧ ਖਾਤਰ ਡੋਲ ਜਾਂਦਾ, ਕਦੇ ਲੋਭ ਖਾਤਰ ਡੋਲ ਜਾਂਦਾ। ਗੁਰੂ ਤੇਰੇ ਨਾਲ ਹੋਇਆ ਨਾ, ਤੇ ਗੁਰੂ ਤੈਨੂੰ ਡਿੱਗਣ ਡੋਲਣ ਨਹੀਂ ਦੇਵੇਗਾ। ਲੋਭ ਦੀ ਦੁਨੀਆ ਵਿੱਚ ਕਰਕਣ ਲੱਗੇ ਹੈ, ਗੁਰੂ ਤੇਰੀ ਬਾਹ ਪਕੜ ਲਵੇਗਾ, ਤੈਨੂੰ ਨਹੀਂ ਲੋਭ ਦੀ ਦੁਨੀਆ ਵਿੱਚ ਡੁੱਬਣ ਦੇਵੇਗਾ। ਮੋਹ ਦੀ ਦੁਨੀਆ ਵਿੱਚ, ਹੰਕਾਰ ਦੀ ਦੁਨੀਆ ਵਿੱਚ, ਸ਼ਬਦ ਸਾਡੇ ਜੋ ਕੁਝ ਵਰਤਦਾ ਹੈ, ਜਦੋਂ ਬੰਦਾ ਡਿੱਗਦਾ ਹੈ ਡੋਲਦਾ, ਉਹ ਪਹਿਲਾਂ ਅੰਦਰੋਂ ਰੋਂਦਾ ਹੈ। ਜੇ ਗੁਰੂ ਸ਼ਬਦ ਹੋਇਆ ਨਾ, ਗੁਰੂ ਹੋਇਆ ਨਾ ਨਾਲ, ਤੇ ਫਿਰ ਉਹ ਡਿੱਗਣ ਡੋਲਣ ਤੋਂ ਬਚਾ ਦੇਗਾ। ਡੰਡੌਰ ਤੋਂ ਬੰਧਨ ਅਨਕਵਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੀ ਕਰ ਹੱਥ। ਉਹ ਗੁਰੂ ਅੰਦਰੋਂ ਨਹੀਂ ਡੋਲਣ ਦੇਵੇਗਾ। ਕਿੱਡੇ ਨੇ ਸੁਭਾਗੇ ਲੋਕ
ਜਿਨ੍ਹਾਂ ਨੇ ਆਪਣੇ ਜੀਵਨ ਦੀ ਬੇੜੀ ਵਿੱਚ ਗੁਰੂ ਨੂੰ ਬਿਠਾ ਲਿਆ। ਲੈ ਗੁਰੂ ਮੈਨੂੰ ਨਹੀਂ ਪਤਾ, ਤੂੰ ਕਿਰਪਾ ਕਰ, ਮੈਂ ਤੇ ਅਣਜਾਣ ਹੈ, ਮੈਨੂੰ ਕਿਤੇ ਨਹੀਂ ਮੱਤ ਨਹੀਂ ਹੈ, ਮੈਨੂੰ ਇੰਨੀ ਅਕਲ ਨਹੀਂ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ, ਜੇਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿ ਨਹੀਂ ਲਈਐ, ਕੋਣ ਪਰਾਦ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋੜੀ, ਤੁਮ ਆਪਨ ਬਿਰਦ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ, ਰਾਖੋ ਰਾਖਨ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਉਹ ਬਚਾ ਲਏਗਾ। ਛੋਟੀ ਜਿਹੀ ਬੇਨਤੀ ਹੋਰ ਕਰਦੇ ਹਾਂ। ਲੱਕੜ ਜੰਗਲਾਂ ਵਿੱਚ ਪੈਦਾ ਹੁੰਦੀ ਹੈ, ਜਿਵੇਂ ਜੰਗਲਾਂ ਦੀ ਲੱਕੜ ਹੈ ਤੇ ਘਰ ਦਾ ਬਣਿਆ ਫਰਨੀਚਰ, ਦੋਨਾਂ ਵਿੱਚ ਜਿੰਨਾ ਕੁ ਅੰਤਰ ਹੈ ਨਾ, ਉਹ ਅੰਤਰ ਕੀ ਹੈ ਵੀ ਜੰਗਲ ਦੀ ਲੱਕੜ ਕਿਸੇ ਇੱਕ ਕਾਰੀਗਰ ਦੇ ਹੱਥਾਂ ਦੀ ਸ਼ੋਅ ਨੂੰ ਪ੍ਰਾਪਤ ਕਰ ਬੈਠੀ ਹੈ, ਤੇ ਲੋਕਾਂ ਨੇ ਆਪਣੇ ਘਰਾਂ 'ਚ ਸ਼ਿੰਗਾਰ ਲਏ, ਲੋਕਾਂ ਨੇ ਆਪਣੇ ਘਰਾਂ 'ਚ ਫਰਨੀਚਰ ਮਹਿੰਗੇ ਤੋਂ ਮਹਿੰਗਾ ਰੱਖ ਲੈਂਦੇ ਨੇ। ਫਰਕ ਕੀ ਹੈ? ਉਹੀ ਜੰਗਲ ਦੀ ਲੱਕੜ ਹੈ, ਫਰਕ ਸਿਰਫ ਇੰਨਾ ਕੁ ਵੀ ਕਿਸੇ ਕਾਰੀਗਰ ਦੀ ਸ਼ੋਅ ਨੇ ਉਹਨੂੰ ਏਡਾ ਵਧੀਆ ਬਣਾ ਦਿੱਤਾ, ਉਹਦਾ ਮੁੱਲ ਵੀ ਵੱਧ ਗਿਆ, ਮੁੱਲ ਹੀ ਨਹੀਂ ਵਧਿਆ, ਉਹ ਆਪਣੇ ਮਾਲਕ ਦੀ ਵੀ ਵਡਿਆਈ ਨੂੰ ਵਧਾਉਣ ਲੱਗ ਪਏ। ਇਹੋ ਜਿਹੀਆਂ ਅਣਗਿਣਤ ਉਦਾਹਰਨਾਂ ਨੇ। ਕੋਈ ਕੱਪੜਾ ਭਾਵੇਂ ਕਿੱਡਾ ਹੀ ਮਹਿੰਗਾ ਹੋਵੇ ਪਰ ਕਿਸੇ ਦੇ ਤਨ ਦਾ ਸ਼ਿੰਗਾਰ ਨਹੀਂ ਬਣਦਾ ਜਿੰਨਾ ਚਿਰ ਉਹ ਕਿਸੇ ਦਰਜੀ ਦੇ ਕੋਲੋਂ ਕੱਟ ਕੇ ਦੁਬਾਰੇ ਸੀਤਾ ਨਹੀਂ ਜਾਂਦਾ। ਉਹ ਮੁਸੀਬਤ ਝੱਲਦਾ, ਫਿਰ ਉਹ ਕਾਰੀਗਰ ਦਾ ਹੱਥ ਲੱਗਿਆ ਹੋਇਆ ਉਸ ਕੱਪੜੇ ਨੂੰ ਇਹਦੇ ਕਾਬਲ ਬਣਾ ਦਿੰਦਾ ਵੀ ਕੋਈ ਤਨ ਤੇ ਪਹਿਨ ਕੇ ਮਾਣ ਕਰਦਾ ਹੈ। ਕੋਈ ਪੱਥਰ ਲੋਕਾਂ ਦੇ ਪੈਰਾਂ ਵਿੱਚ ਰੁਣ ਵਾਲਾ ਕਿਸੇ ਕਾਰੀਗਰ ਨੇ ਘੜ ਦਿੱਤਾ, ਲੋਕ ਮੰਦਰਾਂ 'ਚ ਰੱਖ ਕੇ ਪੂਜਾ ਕਰਨ ਲੱਗ ਪੈਂਦੇ ਨੇ। ਉਹ ਗਲੀਆਂ ਦਾ ਪੱਥਰ, ਸੜਕਾਂ ਦਾ ਪੱਥਰ, ਰਾਹਾਂ ਦਾ ਪੱਥਰ, ਉਹਦੇ ਵਿੱਚ ਇੱਕ ਘੜਿਆ ਗਿਆ ਤੇ ਲੋਕ ਉਹਨੂੰ ਭਗਵਾਨ ਸਮਝ ਕੇ ਪੂਜਣ ਲੱਗ ਪਏ। ਅੰਤਰ ਕੀ ਹੈ? ਹੈ ਉਹ ਵੀ ਪੱਥਰ ਹੀ ਹੈ ਪਰ ਉਹ ਘੜਿਆ ਗਿਆ। ਉਹ ਗੁਰੂ ਕਿਹਾ ਸਿੱਖਾ, ਜਿਹੜੇ ਪੁਰਾਣੇ ਗੁਰੂ ਕੇ ਸਿੱਖ ਹੋਏ ਨੇ, ਭਾਈ ਮਨੀ ਸਿੰਘ ਲਾ ਲਈਏ, ਬਾਬਾ ਬੁੱਢਾ ਜੀ ਲਾ ਲਈਏ, ਭਾਈ ਸੁੱਖਾ ਸਿੰਘ ਲਾ ਲਈਏ, ਮਹਿਤਾਬ ਸਿੰਘ ਲਾ ਲਈਏ, ਕਿਸੇ ਦਾ ਨਾਂ ਲਾ ਲਈਏ, ਜਿਹੜੇ ਮਰਜ਼ੀ ਦੀ ਗੱਲ ਕਰ ਲਈਏ, ਭਾਈ ਮਰਦਾਨੇ ਦੀ ਗੱਲ ਕਰ ਲਈਏ, ਉਹ ਸਾਰੇ ਉਹ ਨੇ ਜਿਹੜੇ ਇੱਕ ਮਾਮੂਲੀ ਇਨਸਾਨ ਸਨ ਪਰ ਗੁਰੂ ਨੇ ਉਹਨਾਂ ਨੂੰ ਘੜ ਕੇ ਏਡੇ ਵਧੀਆ ਬਣਾ ਦਿੱਤਾ, ਏਡੇ ਚੰਗੇ ਬਣਾ ਦਿੱਤਾ, ਉਹ ਇਤਿਹਾਸਕ ਅੱਖਰਾਂ ਵਿੱਚੋਂ ਅਮਿਟ ਛਾਪ ਬਣ ਗਏ, ਉਹ ਕਦੇ ਮਿਟਣੇ ਨਹੀਂ। ਬਸ ਗੁਰੂ ਕੋਲ ਆ ਕੇ ਗੁਰੂ ਧਾਰਨ ਕਰਕੇ ਦੇਖ, ਗੁਰੂ ਚਰਨਾਂ ਵਿੱਚ ਜੁੜ ਕੇ ਦੇਖ, ਗੁਰੂ ਤੇਰਾ ਜੀਵਨ ਬਦਲ ਕੇ ਰੱਖ ਦੇਵੇਗਾ। ਬੇਨਤੀ ਕਰ ਰਿਹਾ ਸਾਂ, ਸ਼ਬਦ ਹੀ ਹੈ ਜਿਹੜਾ ਸਾਨੂੰ ਸਵਾਰ ਸਕਦਾ ਹੈ। ਸਾਚੀ ਲਿਵੇ ਬਿਨ ਦੇਨ ਮਾਣੀ, ਦੇਨ ਮਾਣੀ ਲਿਵੇ ਬਾਜੋ, ਕਿਆ ਕਰੇ ਵਿਚਾਰਿਆ, ਤੁਧ ਬਾਅਦ ਸਮਰੱਥ ਕੋਈ ਨਾਹੀਂ, ਕਿਰਪਾ ਕਰ ਮਰਵਾਰੀਆ, ਇਸ ਨੂੰ ਹੋਰ ਥਾਂ ਨਾਹੀਂ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੇ ਬਾਜੋ, ਕਿਆ ਕਰੇ ਵਿਚਾਰਿਆ, ਇਹ ਤੇਰੇ ਤੋਂ ਬਿਨਾਂ ਕਿਸ ਲਿਖੀਏ ਰੱਬਾ। ਸ਼ਬਦ ਨਾਲ ਦੋਨੋਂ ਸਵਾਰ ਸਕਦਾ, ਤੇਰੇ ਤੋਂ ਬਿਨਾਂ ਇਹ ਸੁਧਰਨੀ ਨਹੀਂ, ਤੇਰੇ ਤੋਂ ਬਿਨਾਂ ਇਹ ਬਣਨੀ ਨਹੀਂ। ਇੱਕ ਗੱਲ ਮੈਂ ਛੋਟੀ ਜਿਹੀ ਕਹਿ ਕੇ ਫਿਰ ਗੱਲ ਅੱਗੇ ਤੋਰ ਪਈ। ਸੱਚ ਕਰਕੇ ਜਾਣਿਓ, ਜ਼ਿੰਦਗੀ ਦੀਆਂ ਚਾਰ ਗੱਲਾਂ ਬੜੀਆਂ ਕੀਮਤੀ ਨੇ ਔਰ ਕਿਸੇ ਵਿਰਲੇ ਮਨੁੱਖ ਦੀ ਝੋਲੀ ਵਿੱਚ ਪੈਂਦੀਆਂ ਨੇ ਚਾਰੇ ਗੱਲਾਂ। ਕੋਈ ਜ਼ਿੰਦਗੀ ਪਰ ਹੱਸ ਕੇ ਜੀਵਨ ਗੁਜ਼ਾਰਨ ਵਾਲਾ ਹੋਵੇ, ਕੋਈ ਜ਼ਿੰਦਗੀ ਭਰ ਜੀਵਨ ਨੂੰ ਖੇਡਦੇ ਹੀ ਗੁਜ਼ਾਰ ਗਿਆ ਹੋਵੇ, ਉਹ ਕਦੇ ਕਲਪਿਆ ਨਾ ਹੋਵੇ। ਜ਼ਿੰਦਗੀ ਭਰ ਕਦੇ ਪਹਿਨਦਿਆਂ ਮਾਲਕ ਨਾ ਭੁੱਲਿਆ ਹੋਵੇ। ਗੁਰੂ ਸਮਝਾਏਗਾ ਨਾ, ਜ਼ਿੰਦਗੀ ਭਰ ਖਾਂਦਿਆਂ ਆਨੰਦ ਮਾਣ ਕੇ ਗਿਆ ਹੋਵੇ,
ਕਹਿਣ ਲੱਗੇ ਚਾਰ ਗੱਲਾਂ ਜ਼ਿੰਦਗੀ ਦੀਆਂ ਬੜੀਆਂ ਕੀਮਤੀ ਨੇ, ਸੰਸਾਰ ਇਹਨਾਂ ਚਾਰੇ ਗੱਲਾਂ ਪਿੱਛੇ ਭਟਕਦਾ ਫਿਰਦਾ। ਇੱਕ ਤੇ ਹਾਸਿਆਂ ਨੂੰ ਭਾਲਦਾ, ਕਿਤੋਂ ਮੈਨੂੰ ਖੁਸ਼ੀ ਨਸੀਬ ਹੋ ਜਾਏ। ਬੜੇ ਐਸੇ ਲੋਕ ਨੇ ਜਿਹੜੇ ਸਿਰਫ ਸਾਨੂੰ ਹਸਾਉਣ ਵਾਸਤੇ ਆਪਣਾ ਕਾਰੋਬਾਰ ਚਲਾਉਂਦੇ ਨੇ, ਕਿਤੇ ਬੰਦਾ ਹੱਸ ਲਵੇ, ਕਿਉਂਕਿ ਕਲਪੇ ਹੀ ਇਹਨਾਂ ਪਿਆ ਭੱਠੀ ਵਰਗਾ, ਇਹਦੇ ਕੋਲ ਹੱਸਣ ਜੋਗਾ ਵੀ ਵਕਤ ਨਹੀਂ। ਜੇ ਹੱਸਦੇ ਵੀ ਹੈ ਤਾਂ ਸਿਰਫ ਚੰਦ ਮਿੰਟਾਂ ਲਈ, ਉੱਤੋਂ ਹੈ ਸਾਡੇ ਦਿਲੋਂ ਖੁਸ਼ੀ ਨਹੀਂ ਹੁੰਦੀ। ਜੇ ਕਦੇ ਪਹਿਨਦੇ ਵੀ ਹੈ ਤੇ ਮਾਫ ਕਰਨਾ, ਇਹ ਅਕਾਲੀ ਕੌਰ ਸਿੰਘ ਦਾ ਨਾਮ ਆਪਣੇ ਸੁਣਿਆ ਹੋਵੇਗਾ, ਬੜਾ ਵੱਡਾ ਵਿਦਵਾਨ ਪੁਰਸ਼ ਹੋਇਆ, ਕਰੀਬ ਜ਼ਿੰਦਗੀ ਦੇ 20-21 ਸਾਲ ਲਾ ਕੇ ਅੱਜ ਤੇ ਕੰਪਿਊਟਰ ਨੇ ਕੰਮ ਕਾਫੀ ਸੌਖਾ ਕਰ ਦਿੱਤਾ। ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਤੁਕ ਤਤਕਰਾ ਲਿਖਿਆ ਸੀ, ਊੜੇ ਤੋਂ ਕਿੰਨੀਆਂ ਪੰਕਤੀਆਂ ਸ਼ੁਰੂ ਹੁੰਦੀਆਂ ਨੇ ਗੁਰੂ ਗ੍ਰੰਥ ਸਾਹਿਬ 'ਚ, ਸਾਰੀਆਂ ਇੱਕ ਜਗ੍ਹਾ ਲਿਖ ਦਿੱਤੀਆਂ। ਆੜੇ ਤੋਂ ਕਿਹੜੀਆਂ ਪੰਕਤੀਆਂ ਸ਼ੁਰੂ ਹੁੰਦੀਆਂ ਨੇ, ਇਤਿਹਾਸਕ ਪਰ 20-22 ਸਾਲ ਲੱਗੇ। ਪਰ ਗੁਰਬਾਣੀ ਵਿਚਾਰਦੀ ਆ, ਇੱਕ ਵਕਤ ਐਸਾ ਆਇਆ, ਇੱਕ ਸਮਾਂ ਐਸਾ ਆਇਆ, ਇਹਨਾਂ ਗੁਰੂ ਪਿਆਰ ਵਿੱਚ ਜੁੜ ਗਏ ਤੇ ਉਹਨਾਂ ਨੇ ਇੱਕ ਮੋਟਾ ਜਿਹਾ ਕੰਬਲ ਜੇ ਵਰਗਾ ਇੱਕ ਕੱਪੜਾ ਤੇ ਲੈ ਕੇ ਉਹਨੂੰ ਵਿੱਚੋਂ ਛੇਕ ਕਰਕੇ ਗਲਾ ਜਿਹਾ ਬਣਾਇਆ ਹੋਇਆ ਤੇ ਇਵੇਂ ਸਦਾ ਜਿਹਾ ਪਾਈ ਰੱਖਣਾ। ਉਹ ਭਾਈ ਰਣਜੀਤ ਸਿੰਘ ਹੋਰਾਂ ਨੂੰ ਮਿਲੇ ਤੇ ਭਾਈ ਸਾਹਿਬ ਉਹਨਾਂ ਨੂੰ ਬਚਨ ਪੁੱਛਣ ਲੱਗੇ, ਕਹਿਣ ਲੱਗੇ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ। ਕਹਿੰਦੇ ਦੱਸੋ। ਕਹਿਣ ਲੱਗੇ ਲੋਕ ਕਦੇ ਕਦੇ ਮੈਨੂੰ ਪੁੱਛਦੇ ਨੇ ਵੀ ਤੁਸੀਂ ਆ ਮੋਟਾ ਜਿਹਾ ਕੱਪੜਾ ਪਾਈ ਰੱਖਦੇ ਹੋ ਤੇ ਤੁਹਾਨੂੰ ਗਰਮੀ ਨਹੀਂ ਲੱਗਦੀ, ਗਰਮੀ ਬੜੀ ਹੁੰਦੀ ਹੈ। ਭਾਈ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਗਰਮੀ ਕੀ ਹੁੰਦੀ ਹੈ, ਗਰਮੀ ਕਿਵੇਂ ਲੱਗਦੀ ਹੈ। ਭਾਈ ਰਣਜੀਤ ਸਿੰਘ ਉੱਠ ਕੇ ਖਲੋ ਕੇ ਕਹਿਣ ਲੱਗੇ, ਸੱਜਣਾ ਜਿਹਨਾਂ ਦੇ ਕੋਲ ਰੱਬ ਦੇ ਨਾਮ ਦੀ ਠੰਡਕ ਹੋਵੇ ਨਾ, ਉਹਨਾਂ ਨੂੰ ਵਪਾਰੀ ਪਹਿਰਾਵਾ ਵੀ ਉਹ ਭਾਵੇਂ ਕਿਸੇ ਤਰ੍ਹਾਂ ਦਾ ਹੋਵੇ ਉਹਨੂੰ ਪਰਮਾਨੰਦ ਦੇ ਦਿੰਦਾ। ਸਾਹਿਬ ਦਾ ਅੰਮ੍ਰਿਤ ਬਚਨ ਹੈ, ਸੰਤ ਜਨਾਂ ਕਾ ਡੂਗਰਾ ਔਰ ਨਗਨ ਨਾ ਹੋਈ, ਸਾਕਤ ਸਿਰ ਪਾਓ ਰੇਸ਼ਮੀ ਪਹਿਰਤ ਪਤ ਖੋਈ। ਸਾਕਤ ਬੰਦੇ ਨੂੰ ਰੇਸ਼ਮੀ ਕੱਪੜਿਆਂ ਨਾਲ ਸਿਰ ਤੋਂ ਪਹਿਰਾਂ ਤੱਕ ਵੀ ਢੱਕਦੇ ਹੋ, ਉਹ ਤਨ ਵੀ ਸਮਾਜ ਵਿੱਚ ਨੰਗਾ ਹੈ, ਉਹ ਕਿਸੇ ਡਰ ਨਹੀਂ ਹੋਵੇਗਾ। ਪਰ ਜਿਹੜਾ ਰੱਬ ਦਾ ਪਿਆਰਾ ਕੋਈ ਗੁਰਮੁਖ ਜਨ ਹੈ ਨਾ, ਉਹਨੂੰ ਤੇ ਪਿਆਰ ਦਾ ਪ੍ਰੇਮ ਦਾ ਛੋਟਾ ਜਿਹਾ ਵੀ ਕੱਪੜਾ ਮਿਲਿਆ ਹੋਵੇ ਉਹ ਉਹਦੇ ਨਾਲ ਵੀ ਪੱਤ ਕੱਜ ਲੈਂਦਾ। ਸਰੀਰ ਭਾਵੇਂ ਨੰਗਾ ਹੀ ਹੋਵੇ ਪਰ ਉਹਦੇ ਨਾਲ ਵੀ ਪੱਤ ਕੱਜ ਲੈਂਦਾ। ਆਪਣੀ ਸਮਾਜ ਵਿੱਚ ਉਹ ਲੋਕ ਬਿਨਾਂ ਕੱਪੜਿਆਂ ਤੋਂ ਵੀ ਪਰਵਾਨੇ ਗਏ ਨੇ, ਉਹਨਾਂ ਦੀ ਬੜੀ ਵੱਡੀ ਘਟਨਾ ਹੈ, ਉਹਨਾਂ ਨੂੰ ਬੜਾ ਵੱਡਾ ਅਲਗ ਸਤਿਕਾਰ ਮਿਲਿਆ ਹੈ ਗੁਰੂ ਘਰ ਵਿੱਚ, ਜਿਹਨਾਂ ਨੇ ਮਾਲਕ ਦੇ ਭਾਣੇ ਵਿੱਚ ਬਸ ਉਹ ਕੱਪੜਾ ਔਖਾ ਹੈ, ਪ੍ਰੇਮ ਪਟੋਲਾ ਤੈਸ਼ਹਿ ਦਿੱਤਾ, ਢੱਕਣ ਕੂ ਪੱਤ ਮੇਰੀ, ਦਾਨਾ ਬੀਨਾ ਸਾਈ ਮਹਿੰਡਾ, ਨਾਨਕ ਸਾਰ ਨਾ ਜਾਣਾ ਤੇਰੀ। ਉਹ ਜਿਹੜਾ ਕੱਪੜਾ ਮੇਰੀ ਪੱਤ ਨੂੰ ਬਚਾ ਲਵੇ, ਮੈਨੂੰ ਕਦੇ ਨਾ ਵਿਕਾਰਾਂ ਵਾਲੇ ਪਾਸੇ ਡੋਲਣ ਦੇਵੇ, ਉਹ ਕੇਵਲ ਤੇਰੇ ਕੋਲੋਂ ਮਿਲਦਾ। ਮੈਂ ਉਹ ਚਾਰ ਗੱਲਾਂ ਦਾ ਜ਼ਿਕਰ ਇੱਕ ਵਾਰੀ ਫਿਰ ਕਰ ਦਿਆ। ਨਾਨਕ ਸਤਿਗੁਰ ਭੇਟੇ ਹੈ, ਭੇਟਿਆ ਮਿਲਣਾ, ਪੂਰੀ ਹੋਵੇ ਜੁਗਤ, ਪੂਰੀ ਜੁਗਤ ਨਾਲ ਬੰਦਾ ਜੀਵਨ ਉਹ ਗੁਜ਼ਾਰਦਾ ਜਿਹਦੇ ਕੋਲ ਗੁਰੂ ਮਿਲ ਗਿਆ, ਨਹੀਂ ਤੇ ਸਾਰੇ ਅਧੂਰੇ ਹੀ ਨੇ, ਸਾਰੇ ਅਧੂਰੇ ਹੀ ਨੇ। ਨਾਨਕ ਸਤਿਗੁਰ ਭੇਟੇ ਹੈ, ਪੂਰੀ ਹੋਵੇ ਜੁਗਤ, ਹੱਸਦਿਆਂ ਖਿਲਦਿਆਂ ਪਹਿਲਦਿਆਂ ਖਵਾਉਂਦਿਆਂ ਸਾਰਾ ਕੁਝ ਕਰ ਰਿਹਾ, ਸਾਰਾ ਕੁਝ ਕਰ ਰਿਹਾ। ਪਰ ਯਾਦ ਰੱਖਿਓ ਜੇ ਉਹ ਇਹਨਾਂ ਵਿੱਚ ਕਰਦਾ ਹੋਇਆ ਵੀ ਮੁਕਤ ਹੈ, ਵਿੱਚੇ ਹੋਵੇ ਮੁਕਤ, ਗੁਰੂ ਪੂਰੇ ਤੋਂ ਬਿਨਾਂ ਤੇਰੇ ਜੀਵਨ ਦੀ ਤੈਨੂੰ ਜੁਗਤੀ ਨਹੀਂ ਮਿਲਣੀ। ਤੇਰੇ ਕੋਲ ਕੁਝ ਵੀ ਨਾ ਹੋਵੇ ਤੂੰ ਤਦ ਵੀ ਪਰਮ ਆਨੰਦ ਮਾਣ ਸਕਦਾ ਹੋਵੇ, ਇਹ ਅਵਸਥਾ ਗੁਰੂ ਕੋਲੋਂ ਹੀ ਮਿਲਣੀ ਹੈ, ਆਪਣੇ ਬਣਾਇਆ ਨਹੀਂ ਮਿਲਣੀ। ਸਾਡਾ ਤਾਂ ਸੁਭਾਅ ਇਹੋ ਜਿਹਾ, ਜਬ ਕਿਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗ ਜਾਏ, ਸ਼ੁਕਰਾਨਾ ਦੋਨੇ ਗੱਲਾਂ 'ਚ ਨਹੀਂ ਕਰਦਾ।
कुछ प्राप्त कर लिया तो हंकारी हो गया, कुछ चला गया, रब ने ले ली जात भी चल तू हंकारी हो गया, तेरा हंकार टूट जाए, रब ने जात खोली हूँ रोन लग पे। जब कि छिपावे तब गर्व करत है, माया गई तब रोवन लगते है, पर जो गुरु भाने बच्चे ना वो रुंदा नहीं है, वो तो शुकराना करता है। छोटी जी कथा और मैं आप साझी करनी चाहना है। मां ने अपने पुत नूं अपने कोल बिठाया, कहन लगी पुत तू हुण 12-14 सालां दा हो गया, तेरा बापू निकली उम्र च चढ़ाई कर गया सी, मैं दोबारे शादी नहीं करवाई, मेरा बच्चा ना रुल जाए, जवानी की दहलीज से उमंगा साड़ के सजी हुई दुनिया को तबाह करके मैं पुत जीवन तेरे लिखे ला दिता है, हुण मैं होगी बुढ़ी, हुण मैनू कोई काम कार देता नहीं है बहुता, ते तू एक काम कर सकना है, हुण तू वडेरा हो गया है, ते तू कोई कारो बिहार काम कर, तू हुण कोई काम कर। कहन लगे मां मेरी उम्र भी वड्डी होगी, मैं समझना है, दिल ते मेरा भी करदा मैं काम करा, पर मैनू ये समझ नहीं लग रही मैं काम किहड़ा करा, पैसा कोई कोल है नहीं अपने, किसी काम नहीं पैसा तो चाहिए ही है ना, की काम कर। मैं एक दो दिन इस काम च फिर लगी, मां कह लगी पुत मैनू एक गल पता लगी है, कहन लगे दसो मां, कहन लगे अमृतसर साहब एक शहर वसा रहे ने धन गुरु रामदास साहब सच्चे पातशाह जी, किन्ना चंगा हो गया आपां उत्थे चलीए, उत्थे अनगिणत लोग गुरु घर की सेवा करते ने, याद रखो जी अज ते कई शब्द ऐसे जिहड़े उन्हां दी असीं व्याख्या बदल दित्ती है, जिवें निष्काम शब्द है, निष्काम शब्द का अर्थ किसी भी कोशकार ने किसी भी टीकाकार ने निष्काम का अर्थ पैसे ना लैण वाला नहीं करिया, याद रखो जी निष्काम का अर्थ है जिहदियां कामनावां कोई नहीं, जो मिल जाए शुक्र करके धन्नवाद करना, पर मशहूर हो गए शब्द उन्होंने अर्थ ही बदल गए। गुरु रामदास जी के वेले जदों जिहड़े लोग सेवा करते सन, जिहड़े कहिंदे सन भी साडे घर दा प्रशादा पाणी औखा पकदा है, गुरु साहब उन्हां नूं पैसे दे के तोड़दे सन, एक कवि संतोख सिंह जी ने सूरज प्रकाश ग्रंथ विच भी लिखिया होया, ब्रह्मचार्य जी मैं गल कर लगा सन, उत्थे गुरु के दरबार में सेवा कर लेंगे, थोड़े बहुत पैसे मिल जाए करेंगे, प्रशादा पानी से चलेगा ना। दोवें जने काबल नूं छड्ड के आखिरकार अमृतसर साहब की धरती ते आ गए, शहर वस गया सी, ते ताल खुदवा रहे सन, सरोवर बनवा रहे सन, सरोवर केवल खुदवाया गुरु रामदास महाराज जी ने, पक्का भी गुरु अर्जन पातशाह ने करवाया, ते श्री हरिमंदर साहब भी गुरु अर्जन पातशाह जी महाराज ने बनवाया, गुरु रामदास जी ने सिर्फ ताल खुदवाया सी, खोदिया सी ताल, सेवा करन लग पए, थोड़े बहुते पैसे उन्होंने सेवा करदिया मिल जाने। मां कहन लगी पुत तू रोज भारना इवें बन, किन्ना चंगा होवे जिहड़े पैसे मिलदे ने उहदे विचों थोड़े जे जोड़ के आपां कम शुरू कर लईए। कहन लगे मां इन्ने छोटे कम्मां चों की हो सकदा है। मां कहन लगी पुत वे मैनू भी अज तक भुलेखा सी, मैनू भी भुलेखा सी,
याद रख जिदे आप शहर में आए हैं ना तो खुद घुंघणियां बेचता सी ते अज वह बैठा सोटी पातशाह बनिया बैठा है जे उहदे उत्ते एड्डी वड्डी रहमत हो सकती है तेरे उत्ते क्यों नहीं होवेगी कि तू उपराला कर। उन्होंने यह कुछ शुरू कर लिया थोड़े जे पैसों नाल चने खरीदे चने खरीद के टोकरी विच पा के दूजे ते नमक मिर्च ला के उबाल के टोकरी विच पा के राह विच बैठ गए। जिहड़े लोग सारी दिहाड़ी मजदूरी करके घर नूं परतदे ने उन्हां नूं भुख लगी हुंदी थोड़े जे पैसों नाल ਉਹ ਚਨਿਆਂ ਨੂੰ ਲੈ ਕੇ ਛਾਕੇ ਤੇ ਆਪਣੇ ਘਰ ਪਹੁੰਚਣ ਜੋਗੇ ਹੋ ਜਾਂਦੇ ਨੇ। ਹੈ ਗਰੀਬਾਂ ਦਾ ਖਾਣਾ ਤੇ ਉਹਨੇ ਰਾਹ ਵਿੱਚ ਬੈਠ ਜਾਣਾ ਲੋਕਾਂ ਨੇ ਆਉਣਾ ਕੋਈ ਖਰੀਦ ਲੈ ਜਾਣੇ। ਸਮਾਂ ਲੰਘ ਗਿਆ ਕਰੀਬ ਦੋ ਤਿੰਨ ਮਹੀਨੇ ਲੰਘ ਗਏ। ਇੱਕ ਦਿਨ ਅਚਾਨਕ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਉਹਦੇ ਕੋਲ ਦੀ ਲੰਘੇ। ਉਹ ਦੇਖ ਕੇ ਬੜਾ ਹੈਰਾਨ ਹੋਇਆ ਵੀ ਰਾਹ ਕੋਈ ਵੱਖਰਾ ਹੈ ਕਿ ਅਜੇ ਇਸ ਰਸਤੇ ਕਿਉਂ ਆਏ ਨੇ। ਹੋ ਸਕਦਾ ਸਤਿਗੁਰ ਦੀ ਕੋਈ ਮੌਜ ਹੋਵੇ। ਉਹਨੇ ਗੁਰਦੇਵ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ। ਸਾਹਿਬ ਨੇ ਵੀ ਕੋਲ ਖਲੋ ਕੇ ਚੰਗੀ ਤਰ੍ਹਾਂ ਖਬਰ ਸਾਰ ਪੁੱਛੀ। ਇੱਕ ਪਲ ਮੈਂ ਬੇਨਤੀ ਹੋਰ ਕਰਾਂ, ਸੱਚ ਕਰਕੇ ਜਾਣੇ ਹੋ, ਅਸੀਂ ਉਹ ਗੁਰੂ ਨੂੰ ਪਿਆਰ ਨਹੀਂ ਕਰਦੇ, ਗੁਰੂ ਬਹੁਤ ਪਿਆਰ ਕਰਦਾ। ਇਹ ਤੁਸੀਂ ਖੁਦ ਮਹਿਸੂਸ ਕਰੋਗੇ ਭਾਵੇਂ ਕੋਈ ਕਿਸੇ ਵੀ ਕੰਡੀਸ਼ਨ 'ਚ। ਜਿੱਦਣ ਤੁਸੀਂ ਪਿਆਰ ਕਰਨ ਲੱਗ ਪਏ ਨਾ ਤੇ ਤੁਸੀਂ ਮਹਿਸੂਸ ਕਰੋ ਵੀ ਗੁਰੂ ਮੈਨੂੰ ਕਿੰਨਾ ਪਿਆਰ ਕਰਦਾ ਹੈ। ਵਿੱਚ ਇੱਕ ਨਿੱਕੀ ਜਿਹੀ ਗੱਲ ਕਹਿੰਦੇ ਹਾਂ, ਭਾਈ ਵੀਰ ਸਿੰਘ ਹੋਰਾਂ ਨੂੰ ਕਿਸੇ ਨੇ ਸਵਾਲ ਕੀਤਾ ਸੀ, ਕਹਿਣ ਲੱਗੇ ਭਾਈ ਸਾਹਿਬ ਜੀ ਅਸੀਂ ਗੁਰੂ ਨੂੰ ਪਿਆਰ ਕਰਦੇ ਹਾਂ, ਇਹ ਤਾਂ ਸਾਨੂੰ ਪਤਾ ਲੱਗ ਜਾਂਦਾ, ਪਰ ਗੁਰੂ ਸਾਨੂੰ ਪਿਆਰ ਕਰਦਾ ਇਹ ਕਿਵੇਂ ਪਤਾ ਲੱਗਦਾ? ਭਾਈ ਵੀਰ ਸਿੰਘ ਮੇਰਾ ਬੜਾ ਪਿਆਰਾ ਜਵਾਬ ਦਿੱਤਾ ਸੀ, ਕਹਿਣ ਲੱਗੇ ਸਿੱਖਾ ਜਿੱਦਣ ਤੇਰਾ ਗੁਰੂ ਕੋਲ ਬੈਠਣ ਨੂੰ ਜੀ ਕਰਨ ਲੱਗ ਕੇ ਜਾਏ ਨਾ, ਜਿੱਦਣ ਤੇਰਾ ਇੱਕ ਬਾਣੀ ਪੜ੍ਹ ਕੇ ਦੂਜੀ ਬਾਣੀ ਦੇ ਇੱਕ ਸ਼ਬਦ ਹੋਰ ਪੜ੍ਹਨ ਨੂੰ ਜੀ ਕਰਨ ਲੱਗ ਜਾਏ, ਸਮਝ ਲੈ ਗੁਰੂ ਤੈਨੂੰ ਪਿਆਰ ਕਰਨ ਲੱਗ ਪਿਆ। ਜਿੱਦਣ ਤੇਰਾ ਸੇਵਾ ਵਿੱਚ ਮਨ ਲੱਗਣ ਲੱਗ ਪਿਆ, ਸਮਝ ਲੈ ਗੁਰੂ ਤੈਨੂੰ ਪਿਆਰ ਕਰਨ ਲੱਗ ਪਿਆ। ਉਹ ਦੁਨੀਆਦਾਰੋਂ ਮੈਂ ਬੇਨਤੀ ਕਰਨੀ ਚਾਹੁੰਦਾ ਹੱਥ ਜੋੜ ਕੇ, ਜੇ ਇੱਕ ਬੱਚੇ ਨੂੰ ਪਿਆਰ ਕਰੀਏ ਬੱਚਾ ਵੀ ਪਿਆਰ ਦੀ ਭਾਸ਼ਾ ਨੂੰ ਸਮਝ ਕੇ ਜਵਾਬ ਦਿੰਦਾ, ਇੱਕ ਪਸ਼ੂ ਨੂੰ ਪਿਆਰ ਕਰੀਏ। ਇਹਨਾਂ ਦੇਸ਼ਾਂ ਵਿੱਚ ਤੇ ਕੁੱਤਿਆਂ ਤੇ ਬਿੱਲੀਆਂ ਦਾ ਬੜਾ ਰਿਵਾਜ ਹੈ ਤੇ ਉਹਨਾਂ ਕੁੱਤਿਆਂ ਬਿੱਲੀਆਂ ਤੋਂ ਸਿੱਖ ਲਈਏ, ਉਹਨਾਂ ਨੂੰ ਪਿਆਰ ਦਿੰਦੇ ਉਹ ਵਾਪਸ ਪਿਆਰ ਕਰਨ ਲੱਗ ਪੈਂਦੇ ਨੇ। ਉਹ ਜੇ ਪਸ਼ੂ ਪੰਛੀ ਵੀ ਸਮਝ ਲੈਂਦੇ ਨੇ ਪਿਆਰ ਦੀ ਭਾਸ਼ਾ, ਉਹ ਇਹ ਕਿਵੇਂ ਹੋ ਸਕਦਾ ਜਿਹੜਾ ਪਿਆਰ ਦਾ ਘਰ ਹੋਵੇ ਉਹ ਤੈਨੂੰ ਪਿਆਰ ਨਾ ਕਰੇ ਮਨ। ਸੱਚ ਕਰਕੇ ਜਾਣੇ ਹੋ ਦੱਸ, ਬੜੀ ਬੜੀ ਬੇਨਤੀ ਕਰਦੇ, ਕਦੇ ਇਕੱਲੇ ਆਇਓ ਕਿਸੇ ਦੇ ਸਾਹਮਣੇ ਨਹੀਂ। ਇਹ ਮਨ ਏਡਾ ਪਾਪੀ ਹੈ ਨਾ, ਇਹ ਕਿਸੇ ਦੇ ਸਾਹਮਣੇ ਤਾਂ ਬੜੇ ਪਖੰਡ ਕਰਦਾ। ਕਦੇ ਇਕੱਲੇ ਆਇਓ, ਇਕੱਲੇ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਆਪਣੇ ਅੰਦਰ ਨੂੰ ਪੁੱਛ ਕੇ ਦੇਖਿਓ, ਮਨਾ ਤੂੰ ਇਹਨੂੰ ਕੀ ਸਮਝਦਾ, ਤੈਨੂੰ ਕੀ ਸਮਝਣਾ ਜਿਹੜਾ ਤੇਰੇ ਸਾਹਮਣੇ ਪ੍ਰਕਾਸ਼ ਹੈ। ਤੁਹਾਡਾ ਮਨ ਕੋਈ ਨਾ ਕੋਈ ਤੇ ਜਵਾਬ ਦੇਵੇਗਾ ਨਾ, ਬਸ ਉੱਥੋਂ ਗੱਲ ਸ਼ੁਰੂ ਕਰਿਓ। ਫਿਰ ਆਪਣੇ ਆਪ ਨਾਲ ਮਨਾ ਇਹਨੇ ਤੇਰਾ ਲੋਕ ਪ੍ਰਲੋਕ ਦਾ ਰੱਖ ਬਣਨਾ। ਕਦੇ ਵਕਤ ਆਏਗਾ, ਹੋ ਸਕਦਾ ਘਰ ਭੈਣ ਭਰਾ ਸਾਰੇ ਤੈਨੂੰ ਛੱਡ ਜਾਣ, ਪਰ ਯਕੀਨ ਕਰਕੇ ਜਾਣੇ ਕਦੇ ਜਪਜੀ ਸਾਹਿਬ ਤੇ ਨਹੀਂ ਨਾ ਛੱਡ ਕੇ ਜਾਏਗੀ। ਬਹੁਤਾਤ ਐਸੇ ਲੋਕ ਨੇ ਜਿਹੜੇ ਆਪਣੇ ਬੱਚਿਆਂ ਨੂੰ ਪਿੰਗਣ ਵਾੜਿਆਂ 'ਚ ਛੱਡ ਆਉਂਦੇ ਨੇ, ਬਹੁਤਾਤ ਐਸੇ ਲੋਕ ਨੇ ਜਿਹੜੇ ਆਪਣੇ ਮਾਂ ਬਾਪਾਂ ਨੂੰ ਬਿਰਧ ਆਸ਼ਰਮਾਂ 'ਚ ਛੱਡ ਆਉਂਦੇ ਨੇ। ਸਾਰੇ ਭਾਵੇਂ ਛੱਡ ਜਾਣ, ਸੱਜਣਾ ਇੱਕ ਵਾਰੀ ਗੁਰੂ ਦੀ ਯਾਦ ਕੀਤੀ ਜਪਜੀ ਸਾਹਿਬ ਤੈਨੂੰ ਕਦੇ ਵੀ ਨਹੀਂ ਛੱਡੇਗੀ, ਜਦੋਂ ਤੇਰਾ ਕੋਈ ਵੀ ਨਾ ਹੋਇਆ ਉਦੋਂ ਵੀ ਇੱਕ ਕਵੇਗੀ ਉੱਠ ਛੇਲਾ ਮੈਂ ਤੇਰੇ ਨਾਲ ਹੈ, ਇਹ ਉਦੋਂ ਵੀ ਕਵੇ। ਬੇਨਤੀ ਕਰ ਰਿਹਾ ਸਾਂ ਗੁਰੂ
ਗੁਰੂ ਦੇ ਚਰਨਾਂ ਵਿੱਚ ਪਿਆਰ ਕਰਨ ਲੱਗੀਏ ਜਦੋਂ ਪਿਆਰ ਪੈਦਾ ਹੋ ਜਾਏਗਾ। ਸਾਹਿਬ ਨੇ ਬੜਾ ਹੀ ਪਿਆਰ ਕੀਤਾ ਔਰ ਗਰੀਬ ਬੰਦਾ ਬੜਾ ਭੁੱਖਾ ਹੁੰਦਾ ਜੇ। ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਬੜੀ ਪਿਆਰੀ ਬਾਤ ਲਿਖੀ ਹੈ, ਉਹ ਕਹਿੰਦੇ ਜ਼ਿੰਦਗੀ ਭਰ ਦੂਜਿਆਂ ਦੇ ਮਹੱਲ ਬਣਾਉਣ ਵਾਲਾ ਆਪ ਸੜਕਾਂ ਦੇ ਕਿਨਾਰਿਆਂ 'ਤੇ ਅਖਬਾਰ ਵਿਛਾ ਕੇ ਸੌਂਦਾ ਹੈ। ਜ਼ਿੰਦਗੀ ਭਰ ਦੂਜਿਆਂ ਨੂੰ ਤੁਸੀਂ ਤੁਸੀਂ ਕਹਿਣ ਵਾਲਾ ਆਪ ਸਾਰੀ ਜ਼ਿੰਦਗੀ ਤੂੰ ਤੂੰ ਸੁਣਦਾ ਹੈ, ਉਹਨੂੰ ਕੋਈ ਅਰਦਨਾ ਨਹੀਂ ਮਿਲਾਉਂਦਾ। ਉਹ ਜ਼ਿੰਦਗੀ ਭਰ ਲੋਕਾਂ ਦੇ ਮਹੱਲ ਬਣਾਉਂਦਾ ਰਹਿੰਦਾ, ਜਿਸ ਦਿਨ ਮਹੱਲ ਬਣ ਗਿਆ ਉਸ ਦਿਨ ਉਹਨੂੰ ਖੁਦ ਨੂੰ ਵੀ ਅੰਦਰ ਜਾਣ ਦਾ ਹੁਕਮ ਨਹੀਂ ਹੁੰਦਾ। ਇੱਟ ਇੱਟ ਉਹਨੇ ਆਪਣੇ ਹੱਥੀ ਲਾਈ ਹੁੰਦੀ ਹੈ, ਪਰ ਉਸ ਦਿਨ ਜਿਸ ਦਿਨ ਘਰ ਬਣ ਜਾਂਦਾ ਮਾਲਕ ਆ ਗਿਆ ਉਸ ਦਿਨ ਉਹਨੂੰ ਬੂਹੇ 'ਤੇ ਮੋੜ ਦਿੰਦਾ, ਉਸ ਦਿਨ ਉਹਨੂੰ ਹੱਕ ਨਹੀਂ ਵੀ ਮੈਂ ਅੰਦਰ ਇੱਕ ਸੋਫੇ 'ਤੇ ਇੱਕ ਬੈਠ ਕੇ ਗਲਾਸ ਪਾਣੀ ਦਾ ਪੀਣਾ। ਇਹ ਤਾਂ ਗੁਰੂ ਹੀ ਹੈ ਸੱਜਣਾ, ਜਿਹੜੇ ਕੋਈ ਕਿਤੇ ਵੀ ਨਾ ਕਿਸੇ ਨੂੰ ਜਗ੍ਹਾ ਮਿਲੇ। ਤੁਸੀਂ ਕਦੇ ਐਸਾ ਕੀਤਾ ਵੀ ਕਿਸੇ ਦਾ ਜੋੜਾ ਪਿਆ ਹੋਵੇ, ਟੁੱਟਿਆ ਨਾ ਹੋਵੇ, ਤੇ ਤੁਹਾਡਾ ਮਨ ਕਰੇ ਵੀ ਇਹਨੂੰ ਨਾ ਝਾੜਾਂ? ਨਹੀਂ, ਫਿਰ ਗੁਰੂ ਦਰ ਤੇ ਕਬੂਲ ਹੀ ਨਹੀਂ ਹੋਵੇਗਾ। ਜੋੜਾ ਕਿਸੇ ਅਮੀਰ ਦਾ ਹੋਵੇ ਉਹਦਾ ਵੀ ਝਾੜਦਾ, ਜੋੜਾ ਕਿਸੇ ਗਰੀਬ ਦਾ ਹੋਵੇ ਉਹਦਾ ਵੀ ਝਾੜਦਾ। ਥਾਲੀ ਚੁੱਕਦੇ ਆ ਭਾਵੇਂ ਕਿਸੇ ਅਮੀਰ ਦੀ ਹੋਵੇ, ਥਾਲੀ ਚੁੱਕਦੇ ਆ ਭਾਵੇਂ ਘਰ ਦਾ ਨੌਕਰੀ ਕਿਉਂ ਨਾ ਹੋਵੇ, ਅਗਰ ਉਹ ਅੱਜ ਪ੍ਰਸ਼ਾਦਾ ਛਕਦਾ ਮਾਲਕ ਨੂੰ ਚੁੱਕਣਾ ਪਵੇਗਾ। ਗੁਰੂ ਨਾਨਕ ਸਾਹਿਬ, ਇਹ ਤੇਰਾ ਘਰ ਹੈ ਜਿਹੜਾ ਮਾਲਕਾਂ ਕੋਲੋਂ ਵੀ ਗਰੀਬਾਂ ਦੀਆਂ ਨੌਕਰਾਂ ਦੀਆਂ ਥਾਲੀਆਂ ਚੁਕਵਾ ਦੂ। ਸਿੱਖ ਨੂੰ ਬੜਾ ਹੀ ਪਿਆਰ ਕੀਤਾ ਗੁਰੂ ਨੇ, ਅੰਦਰੋਂ ਪਿੱਛ ਗਿਆ ਪਾਤਸ਼ਾਹ ਤੂੰ ਇੰਨਾ ਪਿਆਰ ਕਰਨਾ। ਦੂਜੇ ਦਿਨ ਆਏ, ਤੀਜੇ ਦਿਨ ਆਏ, ਅੱਠ ਦਸ ਦਿਨ ਲੰਘ ਗਏ। ਸਾਹਿਬ ਰੋਜ਼ ਆਉਂਦੇ ਨੇ, ਰੋਜ਼ ਖਲੋਂਦੇ ਨੇ ਕੋਲ, ਹਾਲ ਚਾਲ ਪੁੱਛਦੇ ਨੇ। ਸਿੱਖ ਮੱਥਾ ਟੇਕਦਾ ਹੈ, ਸੀਸਾਂ ਲੈਂਦਾ ਹੈ ਤੇ ਚਲੇ ਜਾਂਦਾ। ਇੱਕ ਪਰੇਸ਼ਾਨੀ ਜੀ ਸਿੱਖ ਦੇ ਮਨ ਵਿੱਚ ਹੈ ਵੀ ਗੁਰੂ ਜੀ ਇੱਧਰ ਨੂੰ ਕਿਉਂ ਆਉਂਦੇ ਨੇ। ਮੱਥਾ ਟੇਕਣ ਵਾਲੀ ਤਾਂ ਲੈਣ ਲੱਗੀ ਪਈ ਹੈ, ਗੁਰੂ ਕੋਈ ਮੱਥਾ ਟਿਕਾਉਣ ਦਾ ਭੁੱਖਾ ਨਹੀਂ ਹੈ, ਫਿਰ ਇੱਧਰ ਨੂੰ ਕਿਉਂ ਆਉਂਦੇ ਨੇ? ਮਨੁੱਖ ਦੀ ਜਿੰਨੀ ਕੁ ਸੋਚ ਹੁੰਦੀ ਉਨੀ ਕੁ ਉਡਾਰੀ ਮਾਰ ਲੈਂਦਾ। ਉਹਦੀ ਸੋਚ ਨੇ ਉਡਾਰੀ ਮਾਰੀ ਵੀ ਗੁਰੂ ਸਾਹਿਬ ਬਚਪਨ ਵਿੱਚ ਘੁੰਗੜੀਆਂ ਵੇਚਦੇ ਰਹੇ ਨੇ, ਤੇ ਮਨਾ ਗੁਰੂ ਸਾਹਿਬ ਦਾ ਦਿਲ ਕਰਦਾ ਹੋਏਗਾ ਘੁੰਗੜੀਆਂ ਛਕਣ ਨੂੰ। ਅੱਗੇ ਉਹ ਜੇਠਾ ਸੀ ਤੇ ਅੱਜ ਧੰਨ ਗੁਰੂ ਰਾਮਦਾਸ ਸਾਹਿਬ ਸੱਚਾ ਪਾਤਸ਼ਾਹ ਹੈ, ਤੇ ਵੀ ਕਿਵੇਂ ਘੁੰਗੜੀਆਂ ਛੱਕ ਲੈਣਗੇ? ਉਹਨਾਂ ਦਾ ਜੀ ਕਰਦਾ ਹੋਏਗਾ, ਸ਼ਾਇਦ ਮੰਗਦੇ ਨੇ ਉਹ ਕਿ ਨਿਕਲ ਆਏ ਗੁਰੂ ਜੀ ਮੈਂ ਪੁੱਛਾਂਗਾ। ਦੂਜਾ ਦਿਨ ਵਕਤ ਆਇਆ, ਗੁਰਦੇਵ ਸੱਚੇ ਪਾਤਸ਼ਾਹ ਆਏ ਤੇ ਸਿੱਖ ਨੇ ਮੱਥਾ ਟੇਕਿਆ ਉੱਠ ਕੇ, ਹਾਲ ਚਾਲ ਹਜ਼ੂਰ ਨੇ ਪੁੱਛਿਆ, ਅਸੀਸ ਦਿੱਤੀ। ਜਦੋਂ ਤੁਰਨ ਲੱਗੇ ਸਿੱਖ ਨੇ ਪਿੱਛੋਂ ਆਵਾਜ਼ ਮਾਰਦੀ, ਕਹਿਣ ਲੱਗੇ ਪਾਤਸ਼ਾਹ ਮੈਂ ਇੱਕ ਗੱਲ ਪੁੱਛ ਸਕਦਾ? ਹਜ਼ੂਰ ਕਹਿਣ ਲੱਗੇ ਪੁੱਛੋ। ਕਹਿਣ ਲੱਗੇ ਸਾਹਿਬ ਜੀ, ਉਹ ਨਾ ਤੇ ਮੈਂ ਕੋਈ ਬਹੁਤਾ ਅਮੀਰ ਬੰਦਾ, ਦੋ ਵਕਤ ਦੀ ਰੋਟੀ ਦੇ ਲਾਂਦੇ ਨੇ ਤੇ ਨਾ ਹੀ ਮੇਰੀ ਕੋਈ ਉਮਰ ਬਹੁਤ ਵਡੇਰੀ ਵੀ ਮੈਂ ਬਹੁਤ ਸਿਆਣਾ ਦਾ ਨਾ ਹੋਵਾਂ। ਪੈਸੇ ਪੱਖੋਂ ਵੀ, ਉਮਰ ਪੱਖੋਂ ਵੀ, ਅਕਲ ਪੱਖੋਂ ਵੀ ਮੈਨੂੰ ਕੋਈ ਇਹੋ ਜਿਹੀ ਗੱਲ ਲੱਭੀ ਨਹੀਂ। ਮਾਣ ਸਤਿਕਾਰ ਜੇ ਮੈਂ ਮੱਥਾ ਟੇਕ ਵੀ ਜਾਵਾਂ ਤੁਹਾਡਾ ਕੀ ਵਧਣਾ ਹੈ? ਮੇਰਾ ਤੇ ਵੱਧ ਜਾਏਗਾ, ਤੁਹਾਡਾ ਮਾਣ ਸਤਿਕਾਰ ਮੇਰਾ ਮੱਥਾ ਟੇਕਣ ਦਾ ਕੀ ਵਧਣਾ? ਤੇਰੇ ਦਰ ਤੇ ਬਾਦਸ਼ਾਹ ਆ ਕੇ ਚੁੱਕਦੇ। ਪਰ ਮੈਨੂੰ ਦੋ ਤਿੰਨ ਦਿਨ ਹੋ ਗਏ ਇੱਕ ਗੁੰਝਲ ਨੇ ਪਰੇਸ਼ਾਨ ਕੀਤਾ ਹੋਇਆ। ਸਾਹਿਬ ਕਹਿੰਦੇ ਕਿਹੜੀ? ਸਤਿਗੁਰੂ ਤੁਸੀਂ ਇੱਧਰ ਨੂੰ ਘੁੰਮ ਕੇ ਜਾਂਦੇ ਹੋ ਤੇ ਮੇਰੇ ਕੋਲ ਘੜੀ ਪਲ ਖਲੋ ਕੇ ਜਾਂਦੇ ਹੋ, ਕੋਈ ਨਾ ਕੋਈ ਕਾਰਨ ਤੇ ਹੋਏਗਾ।
ਮੇਰਾ ਮਨ ਕਹਿੰਦਾ ਹੈ ਸ਼ਾਇਦ ਤੁਹਾਡਾ ਘੁੰਗਣੀਆਂ ਛਕਣ ਨੂੰ ਜੀ ਕਰਦਾ ਹੈ ਜੇ ਤੁਸੀਂ ਹੁਕਮ ਕਰੋ ਤੇ ਕੱਲ ਮੈਂ ਟੋਕਰੀ ਜਿਹੜੀ ਸਵੇਰੇ ਲੈ ਕੇ ਆਵਾਂਗਾ ਨਾ ਮੇਰਾ ਦੀਆਂ ਸਾਈਆਂ ਉਹ ਤੇਰੇ ਮਹੱਲਾ 'ਚ ਲੈ ਕੇ ਆਵਾਂਗਾ ਪਹਿਲਾਂ ਤੇ ਤੁਸੀਂ ਜਿੰਨਾ ਜੀ ਕਰਿਆ ਘੁੰਗਣੀਆਂ ਛਕ ਲਿਓ ਬਾਕੀ ਮੇਰਾ ਪਰਿਵਾਰ ਛਕ ਲਏਗਾ ਮੇਰੀ ਮਾਂ ਛਕ ਲਏਗੀ ਮੈਂ ਛਕ ਲਾਂਗਾ ਉਹ ਮੈਂ ਵੇਚਾਂਗਾ ਹੀ ਨਹੀਂ ਉਸ ਤਰ੍ਹਾਂ ਸ਼ਾਇਦ ਉਹਦੇ ਕੋਲ ਬਿਲਕੁਲ ਕੋਲ ਨੂੰ ਹੋ ਗਏ ਉਹਦੇ ਕੰਧੇ 'ਤੇ ਹੱਥ ਰੱਖ ਕੇ ਕਹਿਣ ਲੱਗੇ ਬਈ ਇੱਕ ਗੱਲ ਤੇ ਤੂੰ ਸੱਚੀ ਬੁੱਝੀ ਹੈ ਵੀ ਮੈਂ ਸੱਚੀ ਸਮਝੀ ਹੈ ਵੀ ਮੈਂ ਆਉਂਦਾ ਤੇ ਤੈਨੂੰ ਹਾਂ ਪਰ ਮੈਂ ਕੋਈ ਖਾਸ ਕੰਮ ਹੀ ਆਉਂਦਾ ਰਹੀ ਗੱਲ ਘੁੰਗਣੀਆਂ ਦੀ ਉਹ 'ਚ ਕੋਈ ਇਤਰਾਜ਼ ਨਹੀਂ ਮੈਨੂੰ ਜਿਸ ਦਿਨ ਮੇਰਾ ਜੀ ਕਰਿਆ ਮੈਂ ਜੇ ਕੋਲ ਹੀ ਬੈਠ ਕੇ ਛਕ ਲਾਂਗਾ ਇੱਥੇ ਮੈਨੂੰ ਕੋਈ ਇਤਰਾਜ਼ ਨਹੀਂ ਪਰ ਮੈਂ ਇੱਕ ਕੰਮ ਆਉਂਦਾ ਤੇਰੇ ਕੋਲ ਉਹ ਕਈ ਦਿਨ ਹੋ ਕੇ ਮੇਰਾ ਜੀ ਕਰਿਆ ਕਰਦਾ ਕਦੇ ਕਹਿ ਦਿਆਂ ਕਦੇ ਨਾ ਕਹੋ ਕਹਿਣ ਲੱਗੇ ਪਾਤਸ਼ਾਹ ਦੱਸੋ ਮੇਰੇ ਕੋਲ ਕੰਮ ਆਉਂਦੇ ਸ਼ਬ ਕਹਿੰਦੇ ਹਾਂ ਸਿੱਖ ਕੰਮ ਗਿਆ ਹਜ਼ੂਰ ਕਹਿਣ ਲੱਗੇ ਉਹ ਸਿੱਖ ਦਾ ਨਾਂ ਹੈ ਸੋਮਾ ਸਾਹਿਬ ਕਹਿਣ ਲੱਗੇ ਸੋਮਿਆ ਤੇਰਾ ਔਰ ਮੇਰਾ ਕਿੱਤਾ ਇੱਕ ਹੈ ਇੱਕ ਕਿੱਤੇ ਦੇ ਲੋਕਾਂ ਨਾਲ ਲੈਣ ਦੇਣ ਕਰਨਾ ਸੌਖਾ ਹੋ ਜਾਂਦਾ ਹੈ ਇੱਕ ਦੂਜੇ ਦੀਆਂ ਮੁਸ਼ਕਲਾਂ ਮਜ਼ਬੂਰੀਆਂ ਸਮਝਦੇ ਨੇ ਭਾਈ ਸੋਮਿਆ ਮੈਨੂੰ ਕੁਝ ਪੈਸਿਆਂ ਦੀ ਲੋੜ ਹੈ ਤੂੰ ਦੇ ਸਕਦਾ ਹੈ ਭਾਈ ਸੋਮੇ ਦੀਆਂ ਅੱਖਾਂ ਨੇ ਝੜੀ ਲਾ ਦਿੱਤੀ ਅੱਥਰੂਆਂ ਦੀ ਖਲੋਤਾ ਨਾ ਗਿਆ ਗੁਰੂ ਦੇ ਚਰਨ ਪਕੜੇ ਬੈਠ ਗਿਆ ਬੇਨਤੀ ਕਰਨ ਲੱਗਾ ਉਹ ਮੇਰਾ ਤੇ ਸਾਈਆਂ ਇਹ ਮੈਂ ਵੀ ਜਾਣ ਲੈ ਗੱਲ ਪੈਸਿਆਂ ਦੀ ਨਹੀਂ ਪਰ ਮੈਂ ਬੇਨਤੀ ਕਰਾਂ ਜਿਹੜੀ ਪ੍ਰੀਖਿਆ 'ਚ ਪਾਉਣ ਲੱਗਿਆ ਉਹ ਮੇਰਾ ਤੇ ਸਾਈਆਂ ਮੇਰੇ ਕੋਲੋਂ ਪਾਸ ਨਹੀਂ ਜੇ ਹੋਇਆ ਜਾਣਾ ਮੇਰੇ ਕੋਲੋਂ ਨਹੀਂ ਜੇ ਪਾਰ ਲੰਘਿਆ ਜਾਣਾ ਜਿਹੜੀ ਪ੍ਰੀਖਿਆ 'ਚ ਪਾਉਣ ਲੱਗਿਆ ਇਹਦੇ 'ਚ ਪਾਸ ਕਰਨੀ ਮੈਨੂੰ ਮੇਰੇ ਕੋਲੋਂ ਨਹੀਂ ਜੇ ਪਾਰ ਹੋਇਆ ਜਾਣਾ ਇੱਕ ਗਰੀਬੜਾ ਬੰਦਾ ਘੁੰਗੜੀਆਂ ਵੇਚਣ ਵਾਲਾ ਉਹਦੇ ਕੋਲ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਖਲੋ ਕੇ ਇਹ ਗੱਲ ਕਹਿੰਦਾ ਹੋਵੇ ਮੈਨੂੰ ਪੈਸਿਆਂ ਦੀ ਲੋੜ ਸੱਚ ਕਰਕੇ ਜਾਣੇ ਮੈਂ ਬੇਨਤੀ ਕਰਾਂ ਕਦੇ ਕਦਾਈ ਗੁਰੂ ਸਾਡੀ ਵੀ ਪ੍ਰੀਖਿਆ ਲੈਂਦਾ ਘਰ ਦੇ ਵਿੱਚ ਕੋਈ ਉੱਚਾ ਨੀਵਾਂ ਬੋਲ ਜਾਏ ਬੜੀ ਵਾਰੀ ਸਾਰੇ ਆਪਾਂ ਗ੍ਰਸਤੀ ਹੈ ਉਦੋਂ ਫਿਰ ਪਤਾ ਲੱਗਦਾ ਵੀ ਕਿੰਨਾ ਕੁ ਪਾਠ ਕੀਤਾ ਹੋਇਆ ਮਨਾਂ ਤੋਂ ਉਦੋਂ ਪਤਾ ਲੱਗਦਾ ਕਈ ਵਾਰੀ ਉਤਰਾਅ ਚੜ੍ਹਾਅ ਆਉਂਦੇ ਨੇ ਜ਼ਿੰਦਗੀ ਦੇ ਉਹ ਤਾਂ ਗੁਰੂ ਅੱਗੇ ਅਰਦਾਸ ਕਰਿਆ ਕਰੀਏ ਵੀ ਜੇ ਜਿਹੜੀ ਪਾਉਣ ਲੱਗਾ ਨਾ ਪ੍ਰੀਖਿਆ ਤੈਨੂੰ ਹੱਕ ਹੈ ਕਿਉਂਕਿ ਜਿਹੜਾ ਸਿੱਖਿਆ ਦਿੰਦਾ ਉਹਨੂੰ ਹੱਕ ਹੈ ਪ੍ਰੀਖਿਆ ਲੈਣ ਦਾ ਜਿਹੜਾ ਸਿੱਖਿਆ ਹੀ ਕਦੇ ਨਹੀਂ ਦਿੰਦਾ ਉਹ ਤਾਂ ਪ੍ਰੀਖਿਆ ਲੈਣ ਦਾ ਵੀ ਹੱਕ ਨਹੀਂ ਨਾ ਤੂੰ ਸਿੱਖਿਆ ਦਿੰਦਾ ਤੇ ਤੇਰੀ ਪ੍ਰੀਖਿਆ ਲੈਣ ਦਾ ਵੀ ਹੱਕ ਹੈ ਭਾਈ ਸੋਮੇ ਨੇ ਆਪਣੇ ਬੋਝੇ ਵਿੱਚੋਂ ਪੈਸੇ ਕੱਢੇ ਗੁਰੂ ਦੇ ਚਰਨਾਂ ਵਿੱਚ ਭੇਟਾ ਕਰ ਦਿੱਤੇ ਸਾਹਿਬਾਂ ਮੈਨੂੰ ਬਚਾ ਲਈ ਦੂਜੇ ਦਿਨ ਆਏ ਹੁਣ ਜਿੰਨੇ ਕੁ ਪੈਸੇ ਘਰ ਵਿੱਚ ਸੀ ਉਹਨਾਂ ਦੇ ਚਨੇ ਖਰੀਦੇ ਘੁੰਗਣੀਆਂ ਬਣਾਈਆਂ ਤੇ ਲੈ ਕੇ ਆਏ ਅੱਜ ਥੋੜ੍ਹਾ ਜਿਹਾ ਅੱਗੇ ਨਾਲੋਂ ਜਲਦੀ ਵਿਕ ਗਈਆਂ ਉਡੀਕ ਵਿੱਚ ਨੇ ਮੈਂ ਆਪ ਨਹੀਂ ਜਾਣਾ ਲੋਕ ਵੇਖਣਗੇ ਗੁਰੂ ਜੀ ਆਉਣਗੇ ਜਦੋਂ ਗੁਰਦੇਵ ਸੱਚੇ ਪਾਤਸ਼ਾਹ ਆਏ ਕਹਿੰਦੇ ਸੋਮਿਆ ਪੈਸੇ ਤਾਂ ਕੱਢ ਦਿੱਤੇ ਸੀ ਪਰ ਕੱਢ ਵਾਲੇ ਪੈਸਿਆਂ ਨਾਲ ਕੰਮ ਨਹੀਂ ਬਣਿਆ ਥੋੜ੍ਹੇ ਰਹਿ ਗਏ
ਕਰਕੇ ਰੱਖ ਦਿੱਤੇ ਸਾਹਿਬਾ, ਇੱਕ ਘੁੰਗੜੀਆਂ ਵੇਚਣ ਵਾਲੇ ਦੇ ਪੈਸਿਆਂ ਦਾ ਤੇਰਾ ਕੀ ਕੰਮ ਸਰਦਾ ਹੈ। ਮੈਂ ਫਿਰ ਬੇਨਤੀ ਕਰ ਰਿਹਾ ਵੀ ਮੈਨੂੰ ਬਚਾ ਲਈ, ਬਸ ਮੈਨੂੰ ਪੈਸਿਆਂ ਦਾ ਨਹੀਂ ਹੈ, ਮੈਨੂੰ ਬਚਾ ਲਈ। ਹੁਣ ਜਦੋਂ ਤੀਜੇ ਦਿਨ ਹੁਣ ਤੇ ਬਿਲਕੁਲ ਹੀ ਥੋੜੇ ਜਿਹੇ ਜਿੰਨੇ ਕੁ ਚਣੇ ਘਰ 'ਚ ਪਏ ਸੀ ਉਹਨੇ ਕੁ ਲੈ ਕੇ ਆ ਗਏ, ਘੁੰਗੜੀਆਂ ਬਣਾ ਕੇ ਲੈ ਕੇ ਆ ਗਏ, ਅਤੇ ਅੱਜ ਦੀ ਭਾਸ਼ਾ ਵਿੱਚ ਕਹਿ ਲਈਏ ਵੀ 11 ਕੁ ਵਜੇ ਵੇਚ ਕੇ ਵਿਹਲੇ ਹੋ ਗਏ। ਉਡੀਕ ਸ਼ਾਮ ਤੱਕ, ਸ਼ਾਮ ਨੂੰ ਗੁਰਦੇਵ ਸੱਚੇ ਪਾਤਸ਼ਾਹ ਜੀ ਆਏ, ਸ਼ਾਮ ਨੂੰ ਆਏ ਤੇ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਅੱਜ ਕੁਝ ਕਹਿ ਨਹੀਂ ਦਿੱਤਾ ਤੇ ਅੱਜ ਆਪੇ ਹੀ ਆਪਣੇ ਬੋਝੇ ਵਿੱਚੋਂ ਮਾਇਆ ਕੱਢੀ ਕੇ ਗੁਰੂ ਦੇ ਚਰਨਾਂ 'ਤੇ ਅਰਪਣ ਕਰ ਦਿੱਤੀ। ਸਾਹਿਬ ਨੇ ਵੀ ਸਿਦਕ ਰੱਖਿਆ, ਸਾਹਿਬ ਨੇ ਵੀ ਚੁੱਕੀ ਮਾਇਆ, ਤੇ ਜਿਹੜੇ ਰੁਮਾਲ ਵਿੱਚ ਪਹਿਲਾਂ ਦੀ ਇਕੱਠੀ ਕਰ ਕਰਕੇ ਰੱਖਦੇ ਸਨ ਨਾ ਮਾਇਆ, ਉਸੇ 'ਚ ਬੰਨੀ ਬੋਝੇ ਪਾਈ ਚਲੇ। ਥੋੜ੍ਹੀ ਜਿਹੀ ਦੂਰੀ ਤੱਕ ਸਾਹਿਬ ਜਾ ਰਹੇ ਨੇ ਅਤੇ ਭਾਈ ਸੋਮਾ ਗੁਰਦੇਵ ਨੂੰ ਦੇਖ ਰਿਹਾ, ਦਰਸ਼ਨ ਕਰ ਰਿਹਾ ਕਿ ਆਖਿਰਕਾਰ ਸਾਹਿਬ ਨੇ ਪਿਛਾਂ ਪਰਤ ਕੇ ਵੇਖਿਆ। ਸੋਮਾ ਇੱਕ ਟੱਕ ਲਾ ਕੇ ਗੁਰੂ ਜੀ ਨੂੰ ਦੇਖ ਰਿਹਾ। ਸਾਹਿਬ ਨੇ ਆਵਾਜ਼ ਮਾਰੀ, ਕਹਿਣ ਲੱਗੇ ਸੋਮਿਆਂ ਜਾਣਾ ਨਹੀਂ ਘਰ ਨੂੰ, ਅੱਗੇ ਚਲਾ ਜਾਂਦਾ, ਅੱਜ ਖਲੋਤਾ ਹੀ ਹੈ। ਕਹਿਣ ਲੱਗੇ ਪਾਤਸ਼ਾਹ ਘਰ ਨੂੰ ਤੇ ਚਲੇ ਜਾਣਾ, ਮੈਂ ਦੋ ਗੱਲਾਂ ਕਰਨੀਆਂ, ਚੌਕਸਾਂ ਹੋ ਨਹੀਂ ਰਹੀਆਂ। ਸ਼ਾਇਦ ਵਾਪਸ ਪਰਤਾ ਹੈ, ਸਾਹਮਣੇ ਖਲੋਵੇ, ਦੱਸ ਕੀ ਕਹਿਣਾ ਚਾਹੁੰਦਾ, ਕਿਹੜੀਆਂ ਗੱਲਾਂ ਕਰਨੀਆਂ ਚਾਹੁੰਦਾ। ਕਹਿਣ ਲੱਗੇ ਪਾਤਸ਼ਾਹ ਪਹਿਲੀ ਗੱਲ ਤੇ ਹੈ ਵੀ ਕੱਲ੍ਹ ਮੈਂ ਆਉਣਾ ਨਹੀਂ, ਕੱਲ੍ਹ ਮੈਂ ਇੱਥੇ ਨਹੀਂ ਹੋਣਾ। ਹਜ਼ੂਰ ਕਹਿੰਦੇ ਕਿਉਂ? ਕਹਿਣ ਲੱਗੇ ਪਾਤਸ਼ਾਹ ਕੱਲ੍ਹ ਜੋਗੀਆਂ ਘੁੰਗੜੀਆਂ ਜੋਗੇ ਨਾ ਪੈਸੇ ਨੇ ਨਾ ਘੁੰਗੜੀਆਂ ਨੇ, ਅਤੇ ਕੱਲ੍ਹ ਨਹੀਂ ਆਉਣਾ, ਕੱਲ੍ਹ ਘੁੰਗੜੀਆਂ ਨਹੀਂ ਹੋਣਗੀਆਂ ਅਤੇ ਖਾਲੀ ਟੋਕਰੀ ਲੈ ਕੇ ਕੱਲ੍ਹ ਨਹੀਂ ਆਉਣਾ, ਕੱਲ੍ਹ ਮੈਂ ਨਹੀਂ ਆਉਣਾ। ਕਿਤੇ ਇਹ ਨਾ ਸੋਚਣਾ ਵੀ ਮੈਂ ਲੁਕ ਗਿਆ, ਮੈਂ ਅੱਜ ਦੱਸ ਕੇ ਜਾਣਾ ਚਾਹੁੰਦਾ ਵੀ ਕੱਲ੍ਹ ਮੈਂ ਨਹੀਂ ਆਉਣਾ। ਸ਼ਾਇਦ ਕਹਿੰਦੇ ਕੋਈ ਗੱਲ ਨਾ। ਦੂਜੀ ਗੱਲ ਕੀ ਕਰਨੀ ਚਾਹੁੰਦਾ ਸੀ? ਕਹਿਣ ਲੱਗੇ ਦੂਜੀ ਗੱਲ ਇਹ ਕਰਨੀ ਚਾਹੁੰਦਾ ਦਾਤਿਆ, ਜਦੋਂ ਤੁਸੀਂ ਘੁੰਗੜੀਆਂ ਵੇਚਦੇ ਸੀ ਤੁਹਾਡੇ ਘਰ ਵਿੱਚ ਕੌਣ ਕੌਣ ਆਉਂਦਾ ਸੀ? ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਮੇਰੇ ਘਰ ਵਿੱਚ ਇੱਕ ਮੇਰੀ ਨਾਨੀ ਹੁੰਦੀ ਸੀ, ਇੱਕ ਮੈਂ ਹੁੰਦਾ ਸਾਂ, ਅਸੀਂ ਦੋਵੇਂ ਜਣੇ ਹੁੰਦੇ ਸਾਂ। ਕਹਿਣ ਲੱਗੇ ਅੱਛਾ। ਕਹਿਣ ਲੱਗੇ ਹਾਂ, ਪਰ ਤੂੰ ਪੁੱਛਿਆ ਕਿਉਂ ਹੈ? ਕਹਿਣ ਲੱਗੇ ਸਾਹਿਬਾ, ਸਾਡੇ ਘਰ ਵਿੱਚ ਵੀ ਅਸੀਂ ਦੋ ਹੀ ਜਣੇ, ਇੱਕ ਮੇਰੀ ਮਾਂ ਹੈ, ਇੱਕ ਮੈਂ। ਤੇ ਪਰਸੋਂ ਮਾਂ ਕਹਿੰਦੀ ਸੀ ਪੁੱਤ ਪੈਸੇ, ਮੈਂ ਬੜਾ ਦਿਲ ਤੇ ਪੱਥਰ ਰੱਖਿਆ, ਕਿਹਾ ਮਾਂ ਇਹ ਤੋਂ ਵੱਧ ਅੱਗੇ ਨਾ ਪੁੱਛੀ, ਬਸ ਮੈਂ ਤੈਨੂੰ ਇੰਨੀ ਕੁ ਗੱਲ ਕਹਿ ਦਿੰਦਾ, ਕੋਈ ਪ੍ਰੀਖਿਆ ਹੋਣ ਲੱਗੀ ਹੋਈ ਆ, ਪਤਾ ਨਹੀਂ ਕੀ ਰਹਿਮਤਾਂ ਵਰਸਣੀਆਂ ਨੇ, ਸਬਰਾਂ ਦੇ ਕੁੱਟ ਭਰ ਲੈ, ਪਤਾ ਨਹੀਂ ਕੀ ਕੁਝ ਵਰਤਣਾ। ਮਾਂ ਨੇ ਪਰਸੋਂ ਤੇ ਮੈਨੂੰ ਕੁਝ ਨਾ ਕਿਹਾ, ਕੱਲ੍ਹ ਸਵੇਰੇ ਜੋ ਪ੍ਰਸ਼ਾਦੇ ਬਣੇ ਸੀ ਇੱਕ ਮਾਂ ਨੇ ਖਾ ਲਿਆ, ਇੱਕ ਮੈਂ ਖਾ ਲਿਆ ਸਤਿਗੁਰੂ। ਅੱਜ ਦੁਪਹਿਰੇ ਵੀ ਭੁੱਖੀ ਹੋਵੇਗੀ, ਤੇ ਮੇਰੀ ਮਾਂ ਰਾਤ ਕਹਿੰਦੀ ਸੀ ਵੀ ਪੁੱਤ ਪੈਸੇ ਆਟਾ ਨੇ ਆਉਣਾ। ਮੈਂ ਰਾਤ ਵੀ ਮਾਂ ਨੂੰ ਕਹਿ ਦਿੱਤਾ, ਮਾਂ ਹਾਲੇ ਵੀ ਤੂੰ ਸਬਰ ਕਰ ਲੈ, ਮੈਂ ਤੈਨੂੰ ਦੱਸ ਵੀ ਨਹੀਂ ਸਕਦਾ, ਦੱਸਾਂਗਾ ਤੈਨੂੰ ਇਤਬਾਰ ਵੀ ਨਹੀਂ ਹੋਣਾ। ਅਮੀਰਾਂ ਕੋਲੋਂ ਗਰੀਬ ਤਾਂ ਮੰਗਦੇ ਦੇਖੇ ਨੇ, ਪਰ ਕਿਸੇ ਗਰੀਬ ਕੋਲੋਂ ਕੋਈ
शहनशाह शहनशाह हो गए किने इतबार करने गरीब का। सतगुरु रात मेरी मां सो नहीं सकी, मैं बार बार क्या मां तू पै जा, वो कहनी पुत पै नहीं होंदा भुख लगी हुई है। मैं क्या मां पानी का घुट पी ले, पानी का बाटा पी ले। मां कह लगी पुत मैं भुखे कलेजे ते पानी भी लड़दा है, वो भी नहीं पीता जाता। तेनू नहीं पता बड़ेली उम्र के की दुख होंगे ने। सतगुरु मेरे को रात मेरी मां वेखी नहीं गई, मैं सार लांगा जे तुसी बुरा ना मनावो। असी ता तेरे दर दे मंगते हैं, तेनू छड़ के और किथे मंगन जाना है। जे तू बुरा ना मनावे ता मैं अज तेरे लंकर विचों दो प्रशादे लै जावा, जेड़ा मैं अपनी मां नू जाके दे लिया। मां मेरी प्रशादा छाके रात नू सौ जाएगी, मेरे को कर्जा नहीं होना। और कोई साधन है नहीं, मैं तेरे तरदा मंगता ते तेरे को मंगना। साहब ने घुट के गलवकड़ी च लै लिया, कहन लगे सोमिया हुण सजना तू झोली कर, हुण बहुत ज्यादा कर, हुण तू झोली कर। सोमे ने अपने चोले के टोने कनियां पकड़िया ते झोली बनाई। मेरा ते दादे ने जड़ी तीन दिन की ओरी भेटा सामभ के रखी हुई सी, वह भी ते कुछ अपने बोझे विच भंडारे भरे सन, वह भी सारे दे सारे सोमे की झोली विच पा के एक गल कह लगे, सोमिया तू मंगता नहीं है, तू तो शाह है। शाह भी गुरु का शाह है, आम लोगों का शाह नहीं, तू गुरु का शाह है। और यकीन करके जानी तेनू गुरु ने शाह बनाया। लोकी जे भावे कंगाल हो जाना पर तू कदे रही दुनिया तक कंगाल नहीं होवेगा। अज भी भाई सोमे की औलाद नू लोग शाहां दी औलाद कहिंदे। मैं सिर्फ इतनी बेनती कर रहा सामना, नानक सतगुर भेटे हैं पूरी होवे जुगत, हसंदे आ खेलंदे आ पहनंदे आ खवंदे आ विचे होवे मुक्त। सत करके जाने मैं एक बेनती करा, मैं बहुतियां थावां ते कथा नहीं करदा, हालांकि लगता है मैं भी जिवें कथा करदा हूं, पर मैं तो अपनी कौम का दर्द के अपने आप दिया विचार। अज भी मैं थोड़े चरणों में एक बेनती कर लगा, जो तुम अपन गड्डियों बैठ के जाना ना, हूँ खिड़की खोलन लगे एक बार याद करो धन गुरु रामदास तो कितने तक कितने लेके आ गया। मेरे नाल दे सैकल नूं भी तरसदे होणगे, सतगुरु मैं तेरा शुकराना नहीं कर पाउंदा, मैं तेरे चरणों च जुड़ नहीं पाउंदा। किड्डे किड्डे वड्डे तुसीं घर बनाए ने, रब ने तुहानूं किड्डे किड्डे सोहणे घर दित्ते ने, ते घर दे बूहे अगे चाबी लाउण लग्गिया ना एक वारी खलो के गुरु नूं याद जरूर करिया करो। सतगुरु तूं एडा वड्डा महल दित्ता है, मैं इहदे काबल नहीं सी, मैं तो काबल नहीं सी। सच करके जानी थोड़ी इबादत बन जानी है, थोड़ा सिमरन बन जाना है, थोड़ी बंदगी बन जानी है। बस एक गल सोच लीए, गुरु तो बद साडा वफादार कोई नहीं। एक गल कह के मैं समाप्ति कर दिया, समा समाप्त हो गया। गुरु बड़ा जरूरी है, बस हम ये पूछिए भी गुरु कौन हो गए। गुरु तो बहुत ने ना, अच गुरुआ का अंत कोई नहीं। शायद फिर गुरुआ की निशानियां दसते हैं, बंधन तोड़ बुलावे राम, मन में लागे साच ध्यान, मिटे कलेश सुखी हो रही है,
ऐसा दाता सतगुरु की है जेड़ा तेनों अंदरों बचा के रखे। एक गुरु की निशानी है, गुर मेरे संग सदा है नादे, सिमर सिमर तिच सदा समाधे। ओ गुरु, एक गुरुआ की निशानी है। सो गुर करो जे बोहर ना करना, कि ना हो मैं जे जीवदा मो गुरु मेरे तो भी पहले चढ़ाई कर दो। सतगुर मेरा सदा सदा ना आवे ना जाए, ओ अविनाशी पुरख है सब मैं रहा समाए। सत पुरख जिन जानिया सतगुर तिसका नाओ, तिसकै संग सिख उधर है नानक हर गुण गावो। फिर गुरु कौन है, वो गुरु कौन है? वो गुरु है बाणी गुरु, गुरु है बाणी विच बाणी अमृत सारे। गुर बाणी कहे सेवक जन माने, पर तक गुरु निष्ठा। आप कोशिश करिए गुरु चरणा में जुड़ के गुरबाणी नाल प्यार करिए। एक पाठ दो पाठ मैं कदें कर दी नहीं ज़्यादा जोर देंदा, समझ के जिन्ना भी तुसी करोगे उन्ना आनंद ते जीवन नू हर वक्त लगेगा। कोई मन तू कला नहीं है, दुनिया भावें अनाथ हो जाए तो कदे अनाथ नहीं होना, क्योंकि तेरा गुरु ही हो जाना जिहड़ा तेनू कदे छड्ड के नहीं जाएगा। बोले सोनिया, दुनिया भावें अनाथ हो जाए पर मैनू कदे गुरु ने अनाथ नहीं होने देना, क्योंकि ना उसकी मौत होंगी ना उस छड्ड के जाना। गुरु कृपा करे असी गुरु नाल जुड़ जाइए, गुरु वचना नाल जुड़ जाइए, फिर साडा जीवन यह लोक सुखी है पर लोक सुहेले। नानक हर प्रभु आपे मेले, ਉਹਨਾਂ ਬੇਨ ਪ੍ਰਕਾਰ ਦੀਆਂ ਪੁਣਾ ਨੂੰ ਖਿਮਾ ਬਖਸ਼ਿਸ਼ ਕਰਨੀ। ਅੱਜ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।